ਕੌਮ ਦਾ ਜਿਹੜਾ ਸੰਕਲਪ ਇਸ ਸੰਸਾਰ ਦੇ ਵਿੱਚ ਚੱਲਿਆ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਜਾਂ ਸ਼ਰਤਾਂ ਕਹੀਆਂ ਜਾਂਦੀਆਂ ਨੇ ਕਿ ਹਰੇਕ ਕੌਮ ਕੋਲ ਆਹ ਚੀਜ਼ਾਂ ਹੋਣੀਆਂ ਲਾਜ਼ਮੀ। ਸੋ ਸਾਡੀ ਕੌਮ ਵੀ ਸਿੱਖ ਕੌਮ ਵੀ ਕੁਛ ਸ਼ਰਤਾਂ ਇਹੋ ਜਿਹੀਆਂ ਪੂਰੀਆਂ ਕਰਦੀ ਆ ਅਤੇ ਕੁਛ ਅਸੀਂ ਹਾਸਲ ਕਰਨ ਲਈ ਲੜ ਰਹੇ। ਈਸਾਈਆਂ ਕੋਲ ਆਪਦਾ ਕੈਲੰਡਰ ਵਾ, ਹਿੰਦੂਆਂ ਕੋਲ ਵਿਕਰਮੀ ਕੈਲੰਡਰ ਵਾ, ਮੁਸਲਮਾਨਾਂ ਕੋਲ ਆਪਦਾ, ਅਤੇ ਸਾਡੀ ਕੌਮ ਦਾ ਕੈਲੰਡਰ ਜਿਹੜਾ ਹੈ ਇੱਕ ਚੇਤ ਤੋਂ ਸ਼ੁਰੂ ਹੁੰਦਾ। ਅਸਲ ਵਿੱਚ ਜਿਹੜਾ ਨਾਨਕ ਸ਼ਾਹੀ ਕੈਲੰਡਰ ਸਿੱਖ ਜਗਤ ਨੇ ਪ੍ਰਵਾਨ ਕੀਤਾ ਹੋਇਆ ਅਤੇ ਜਿਹੜਾ ਕੈਲੰਡਰ ਅਕਾਲ ਤਖਤ ਸਾਹਿਬ ਤੋਂ 2003 ਦੇ ਵਿੱਚ ਜਾਰੀ ਕੀਤਾ ਗਿਆ, ਉਹ ਕੈਲੰਡਰ ਬਦਲ ਕੇ ਉਹਦੇ ਵਿੱਚ ਉੱਪਰ ਨਾਂ ਉਹਦਾ ਉਹੀ ਰਹਿਣ ਦਿੱਤਾ, ਹੇਠਾਂ ਸੋਧਾਂ ਦੇ ਨਾਂ 'ਤੇ ਇੰਨੀਆਂ ਕੁ ਗੜਬੜਾਂ ਕਰ ਦਿੱਤੀਆਂ ਕਿ ਹੁਣ ਇਹਦੇ ਵਿੱਚ ਉਸ ਨਾਨਕ ਸ਼ਾਹੀ ਕੈਲੰਡਰ ਵਾਲਾ ਕੱਖ ਨਹੀਂ ਜਿਹੜਾ ਸ਼ੁਰੂ ਵਿੱਚ ਖਾਲਸਾ ਪੰਥ ਨੇ ਨਾਨਕ ਸ਼ਾਹੀ ਕੈਲੰਡਰ ਅਪਣਾਇਆ ਸੀ। ਇਹ ਕੈਲੰਡਰ ਵਿਕਰਮੀ ਕੈਲੰਡਰ ਵਾ। ਜਿਸ ਵਿਕਰਮੀ ਕੈਲੰਡਰ ਤੋਂ, ਜਿਸ ਬ੍ਰਾਹਮਣਵਾਦੀ ਕੈਲੰਡਰ ਤੋਂ ਖਹਿੜਾ ਛੁਡਵਾਉਣ ਦੇ ਲਈ ਇਹ ਸਾਨੂੰ ਲੋੜ ਪਈ ਸੀ ਵੀ ਆਪਦਾ ਕੈਲੰਡਰ ਹੋਣਾ ਚਾਹੀਦਾ, ਉਸ ਖਲਜਗਣ ਦੇ ਵਿੱਚ, ਉਸ ਗਲੀ ਗੇੜ ਵਿੱਚ ਸਾਨੂੰ ਲਿਜਾ ਕੇ ਫੇਰ ਸੁੱਟ ਦਿੱਤਾ ਗਿਆ। ਜਿਸ ਸਾਰੇ ਕਾਸੇ ਨੂੰ ਗੁਰੂ ਸਾਹਿਬ ਮਨਮਤ ਕਹਿੰਦੇ ਆ ਉਹ ਬ੍ਰਾਹਮਣਵਾਦ, ਗੁਰੂ ਨਾਨਕ ਸਾਹਿਬ ਜੀ ਨੇ ਤਾਂ ਉਸ ਨੂੰ ਮਨਮਤ ਕਿਹਾ ਅਤੇ ਅੱਜ ਸਾਡਾ ਜਿਹੜਾ ਸਾਰਾ ਧਰਮ ਆ ਜਾਂ ਖਾਸ ਤੌਰ 'ਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੀ ਬ੍ਰਾਹਮਣਵਾਦ ਦੀ ਜੰਤਰੀ ਦਾ ਗੁਲਾਮ ਆ ਕਿ ਕਿੱਦਣ ਉਹ ਦੱਸਣਗੇ ਕਿ ਇਸ ਦਿਨ ਕੱਤੇ ਦੀ ਪੁੰਨਿਆ ਅਤੇ ਉਸ ਦਿਨ ਮਨਾ ਲਿਓ। ਆਹ ਜਿਹੜਾ ਕੈਲੰਡਰ ਆ ਇਹ ਜਦੋਂ ਵੀ ਆਪਾਂ ਦੇਖਾਂਗੇ ਆਪਾਂ ਨੂੰ ਚੇਤੇ ਆਊਗਾ ਕਿ 1984 ਤੋਂ ਨਹੀਂ, ਇਹ ਤਾਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਇੱਕ ਲਗਾਤਾਰ ਖਾਲਸੇ ਦੇ ਰਾਜ ਦੇ ਲਈ ਅੱਡ ਅੱਡ ਮੌਕਿਆਂ 'ਤੇ ਅੱਡ ਅੱਡ ਸ਼ਖਸੀਅਤਾਂ ਦੇ ਰਾਹੀਂ ਕੌਮ ਦੀ ਲੜਾਈ ਜਿਹੜੀ ਆ ਉਹ ਜਾਰੀ ਰਹੀ ਆ, ਖਾਲਿਸਤਾਨ ਦਾ ਸੰਘਰਸ਼ ਜਾਰੀ ਰਿਹਾ। ਜਿਹੜਾ ਕੈਲੰਡਰ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਜਾਂਦਾ ਉਹਦੇ ਵਿੱਚ ਤਾਂ ਬਾਦਲ ਦਲ ਨੇ ਸੰਤ ਸਮਾਜ ਨੂੰ ਖੁਸ਼ ਕਰਨ ਲਈ ਉਹਨਾਂ ਦੇ ਪ੍ਰਭਾਵ ਹੇਠ ਚਲਾਕੀ ਨਾਲ ਜਿਹੜਾ ਸੀ ਉਹ ਵਿਕਰਮੀ ਕੈਲੰਡਰ ਸਾਰਾ ਬਣਾਇਆ ਹੋਇਆ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮ ਦਾ ਜਿਹੜਾ ਸੰਕਲਪ ਇਸ ਸੰਸਾਰ ਦੇ ਵਿੱਚ ਚੱਲਿਆ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਜਾਂ ਸ਼ਰਤਾਂ ਕਹੀਆਂ ਜਾਂਦੀਆਂ ਨੇ ਕਿ ਹਰੇਕ ਕੌਮ ਕੋਲ ਆਹ ਚੀਜ਼ਾਂ ਹੋਣੀਆਂ ਲਾਜ਼ਮੀ। ਸੋ ਸਾਡੀ ਕੌਮ ਵੀ ਸਿੱਖ ਕੌਮ ਵੀ ਕੁਛ ਸ਼ਰਤਾਂ ਇਹੋ ਜਿਹੀਆਂ ਪੂਰੀਆਂ ਕਰਦੀ ਆ ਅਤੇ ਕੁਛ ਅਸੀਂ ਹਾਸਲ ਕਰਨ ਲਈ ਲੜ ਰਹੇ ਹਾਂ। ਅਤੇ ਜਿੱਥੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਉੱਥੇ ਹਰ ਕੌਮ ਦਾ ਇੱਕ ਆਪਦਾ ਕੈਲੰਡਰ ਵੀ ਹੁੰਦਾ। ਈਸਾਈਆਂ ਕੋਲ ਆਪਦਾ ਕੈਲੰਡਰ ਵਾ, ਹਿੰਦੂਆਂ ਕੋਲ ਵਿਕਰਮੀ ਕੈਲੰਡਰ ਵਾ, ਮੁਸਲਮਾਨਾਂ ਕੋਲ ਆਪਦਾ, ਅਤੇ ਸਾਡੀ ਕੌਮ ਦਾ ਕੈਲੰਡਰ ਜਿਹੜਾ ਹੈ ਉਹ 14 ਅਪ੍ਰੈਲ ਤੋਂ ਇੱਕ ਚੇਤ ਤੋਂ ਸ਼ੁਰੂ ਹੁੰਦਾ। ਸੋ ਸਾਡੀ ਕੌਮ ਨੇ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਨੂੰ ਸਰਮੁੱਖ ਰੱਖਦਿਆਂ ਹੋਇਆਂ ਜੋ ਨਾਨਕ ਸ਼ਾਹੀ ਕੈਲੰਡਰ 14 ਅਪ੍ਰੈਲ 2003 ਤੋਂ ਲਾਗੂ ਕੀਤਾ ਹੋਇਆ ਉਹਦੇ ਬਾਰੇ ਅੱਜ ਆਪਾਂ ਚਰਚਾ ਕਰਨੀ ਆ, ਕਿਉਂਕਿ ਬੀਤੇ ਕੱਲ ਅਕਾਲ ਤਖ਼ਤ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਬਾਦਲ ਦਲ ਵੱਲੋਂ ਥਾਪੇ ਹੋਏ ਕਾਰਜਕਾਰੀ ਜਥੇਦਾਰ ਆ ਉਹਨਾਂ ਨੇ ਵੀ ਇੱਕ ਕੈਲੰਡਰ ਜਾਰੀ ਕੀਤਾ ਅਤੇ ਕਿਹਾ ਕਿ ਇਹ ਨਾਨਕ ਸ਼ਾਹੀ ਕੈਲੰਡਰ ਵਾ। ਪਰ ਸਾਰਿਆਂ ਨੂੰ ਸਮਝ ਆ ਕਿ ਅਸਲ ਵਿੱਚ ਜਿਹੜਾ ਨਾਨਕ ਸ਼ਾਹੀ ਕੈਲੰਡਰ ਸਿੱਖ ਜਗਤ ਨੇ ਪ੍ਰਵਾਨ ਕੀਤਾ ਹੋਇਆ ਅਤੇ ਜਿਹੜਾ ਕੈਲੰਡਰ ਅਕਾਲ ਤਖ਼ਤ ਸਾਹਿਬ ਤੋਂ 2003 ਦੇ ਵਿੱਚ ਜਾਰੀ ਕੀਤਾ ਗਿਆ, ਉਹ ਕੈਲੰਡਰ ਬਦਲ ਕੇ ਉਹਦੇ ਵਿੱਚ ਉੱਪਰ ਨਾਂ ਉਹਦਾ ਉਹੀ ਰਹਿਣ ਦਿੱਤਾ, ਹੇਠਾਂ ਸੋਧਾਂ ਦੇ ਨਾਂ 'ਤੇ ਇੰਨੀਆਂ ਕੁ ਗੜਬੜਾਂ ਕਰ ਦਿੱਤੀਆਂ ਕਿ ਹੁਣ ਇਹਦੇ ਵਿੱਚ ਉਸ ਨਾਨਕ ਸ਼ਾਹੀ ਕੈਲੰਡਰ ਵਾਲਾ ਕੱਖ ਨਹੀਂ ਜਿਹੜਾ ਸ਼ੁਰੂ ਵਿੱਚ ਖਾਲਸਾ ਪੰਥ ਨੇ ਨਾਨਕ ਸ਼ਾਹੀ ਕੈਲੰਡਰ ਅਪਣਾਇਆ ਸੀ। ਇਹ ਕੈਲੰਡਰ ਵਿਕਰਮੀ ਕੈਲੰਡਰ ਵਾ। ਜਿਸ ਵਿਕਰਮੀ ਕੈਲੰਡਰ ਤੋਂ, ਜਿਸ ਬ੍ਰਾਹਮਣਵਾਦੀ ਕੈਲੰਡਰ ਤੋਂ ਖਹਿੜਾ ਛੁਡਵਾਉਣ ਦੇ ਲਈ ਇਹ ਸਾਨੂੰ ਲੋੜ ਪਈ ਸੀ ਵੀ ਆਪਦਾ ਕੈਲੰਡਰ ਹੋਣਾ ਚਾਹੀਦਾ,
उस खलजगण दे विच उस गली गेट विच सानू लिजा के फेर सुट दिता गया। सो अज मेरे मगरले पासे तुसी एक कैलेंडर देख सकते हो जिहड़ा अज दल खालसा जथेबंदी ने अकाल तख्त साहिब ते जारी कीता है, ते नाल ही ये चंगा काम किया कि श्रोमणी गुरद्वारा प्रबंधक कमेटी नूं एक मेमोरेंडम दिता है जिहड़ा कि श्रोमणी कमेटी दे मौजूदा जनरल सकत्तर जथेदार करनैल सिंह पंजोली ने हासिल किया है। ते जथेदार करनैल सिंह पंजोली ने यह जिहड़ा श्रोमणी कमेटी दे लई खास तौर पर जिहड़े मौजूदा प्रधान ने सरदार हरजिंदर सिंह धामी उन्हां दे लई यह कैलेंडर हासिल कैलेंडर अते मेमोरेंडम हासिल किया जिहदे विच सारी जिहड़ी दास्तान सारा जिहड़ा पक्ष नानकशाही कैलेंडर बारे सारा जिहड़ा इतिहास आ वो दल खालसा ने लिख के उन्हां नूं दित्ता। ये आ सोधां दे नां दे उत्ते जिहड़ा बिक्रमी कैलेंडर जारी किया जाता है जिहड़ा खालसा पंथ नाल धोखा किया जा रहा है ये ना कोई हल किया जाए क्योंकि ये नाल पंथ विच एकता की थां दुफेड़ जिहड़ी आ वह बढ़ रही। सो जिहड़ा ये नानकशाही कैलेंडर आ इहदे बारे एक गल करनी चाहुंना अगे वधण तों पहलां कि गुजरात महाराष्ट्र अहमदाबाद जां होरना जिहड़े दक्षणी भारत दे अड्ड अड्ड हैगे आ सूबे उत्थे भी गुरु नानक पातशाह का प्रकाश पुरब बड़े धूमधाम नाल सारे संसार ही चलो मनाया जाता। तो उधर जदों मनाते दिन तो बड़े तो बड़े सियासी जां धार्मिक जां राजनीतिक जां हर खेत्र दीयां शख्सियतां नूं लोग सददे अपने। सो जदों उत्थे जिहड़ा महाराष्ट्र का सीएम सी वह जदों पहुंचया तां गुरद्वारा साहिब दे विच बाद विच उहने कहा कि मैं इत्थे देखिया भी कोई जिहड़े नौजवान बच्चे बच्चियां ने थोड़े वह नहीं सीगे गुरद्वारा साहिब च गुरु नानक साहिब दे प्रकाश पुरब के मौके इत्थे ज्यादा वड्डी उम्र दे ही लोग देखे। तां प्रबंधकां ने आख्या भी जिहड़ा इह दिन ने इन्हां दिनां दे विच बच्चों के जिहड़े पेपर चलते आ ते जिहड़े पेपरां करके बच्चे सारे जिहड़े ने उह नहीं आ सके ते उहने आख्या भी इह इक जिहड़ा हैगा छुट्टी पक्की होनी चाहीदी आ गुरु नानक साहिब जी दे प्रकाश पुरब दी साडे सूबे च वी ते चंगी गल आ बई तुसीं दिन मनाउंदे हो ते वधीआ, माड़ी गल इह आ कि बच्चे नहीं शामिल हुंदे तुहाडे। तो अगले साल नूं जिस दिन तुहाडे गुरु नानक साहिब जी का प्रकाश पुरब आ रहा मैनूं दस दिओ ते आपां तुहानूं तुहाडे जिहड़ी अगले साल की छुट्टी आ सरकारी तौर ते ऐलान कर सकी। सो थोड़े टाइम बाद जदों जनवरी महीना चढ़ता उदों सरकारी डायरियां छपदियां हर सूबे दियां उस सूबे दे अधिकारियां ने उस गुरद्वारा प्रबंधक कमेटी नूं आख्या कि दसो जी अगले साल गुरु नानक साहिब जी का प्रकाश पुरब किन्नी तरीक दा हुंदा, असीं अनाउंस करना भी छुट्टी करनी है उस दिन दी। तां उत्थे उहनां नूं कुछ पता नहीं सीगा और आम तौर पर नवंबर दसंबर के डायरिया बननिया शुरू हो जाएं तो जनवरी च 1 जनवरी नवे साल वाले दिन डायरिया जिहड़ियां ने सरकार दियां वो आ जांदियां। तो उन्होंने गुरसिखा ने श्रोमणी गुरद्वारा प्रबंधक कमेटी को पूछा कि सानू दस्या जाए जी अगले साल गुरु नानक साहब जी का प्रकाश पुरब किन्नी तरीक नूं आना। तो साढ़े इतने श्रोमणी गुरद्वारा प्रबंधक कमेटी च बड़े कसूटे फस गए बई पहला अगले साल की जिहड़ा बिक्रमी कैलेंडर वा पंडित देवी दयाल हुशियारपुर वाले वो एक जंत्री जी तैयार करते हैं उहदे विच सारियां शंगरांदां पुन्निया मस्सिया जिहड़ियां ने वो फिर फिट कीतियां जांदियां ने ते उहदे विच फिर देखिया जांदा वी जिहड़ा हैगा कत्ते दी पुन्निया किदणा कत्तक महीने दी। तो फिर उस हिसाब दे नाल असीं उहदी अंग्रेजी तरीक देख लैंदे हां ते उह तरीक फिर असीं दसदे हां वी इन्नी तरीक नूं गुरु नानक साहिब जी का प्रकाश पुरब आउणा। सो हजे तो पंडित देवी दयाल हुशियारपुर वालिया ने जिहड़ी चेत महीने दे विच उन्होंने विक्रमी कैलेंडर अनुसार जंत्री शुरू करनी आ वो नहीं हजे कैलेंडर उन्हों का नहीं बनया तो उस कैलेंडर के आधार पर अपना गुरु नानक साहब जी का प्रकाश पुरब जिहड़ा वह निश्चित होना। सो बड़ी हासोहीणी जी गल बन गई कि गुरु नानक पातशाह जिहड़े ब्राह्मणवाद नूं कर्म कांड नूं पखंडवाद नूं जैसे सारे कासे नूं गुरु साहिब मनमत कहिंदे आ वह ब्राह्मणवाद गुरु नानक साहिब जी ने तां उस नूं मनमत कहा ते अज साडा जिहड़ा सारा धर्म आ
ਜਾਂ ਖਾਸ ਤੌਰ ਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੀ ਬ੍ਰਾਹਮਣਵਾਦ ਦੀ ਜੰਤਰੀ ਦਾ ਗੁਲਾਮ ਆ ਕਿ ਕਿੱਦਣ ਉਹ ਦੱਸਣਗੇ ਕਿ ਇਸ ਦਿਨ ਕੱਤੇ ਦੀ ਪੁੰਨਿਆ ਤੇ ਉਸ ਦਿਨ ਮਨਾ ਲਿਓ। ਸੋ ਇਸ ਤਰੀਕੇ ਨਾਲ ਜਿਹੜਾ ਨਾਨਕ ਸ਼ਾਹੀ ਕੈਲੰਡਰ ਦਾ ਜਾਂ ਕੌਮ ਦੇ ਵਿੱਚ ਕੈਲੰਡਰ ਦਾ ਇੱਕ ਵਿਚਾਰ ਬਣਿਆ, ਹੋਰ ਵੀ ਕਈ ਪਾਸਿਆਂ ਤੋਂ ਚਰਚਾ ਚੱਲੀ, ਅਖੀਰ ਬੜੀ ਲੰਬੀ ਚੌੜੀ ਵਿਚਾਰ ਚਰਚਾਵਾਂ ਤੋਂ ਬਾਅਦ ਵਿੱਚ ਪਾਲ ਸਿੰਘ ਪੁਰੇਵਾਲ ਵਾਲਾ ਕੈਲੰਡਰ ਜਿਹੜਾ ਸੀਗਾ ਉਹਦੇ ਬਾਰੇ ਲੋਕਾਂ 'ਚ ਸਹਿਮਤੀ ਬਣੀ, ਪੰਥ 'ਚ ਸਹਿਮਤੀ ਬਣੀ, ਉਹਦੇ ਬਾਰੇ ਆਪਾਂ ਗੱਲ ਇਸ ਤੋਂ ਅੱਗੇ ਕਰਾਂਗੇ। ਪਰ ਜਿਹੜਾ ਕੈਲੰਡਰ ਕੱਲ੍ਹ ਜਾਰੀ ਹੋਇਆ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਨਾ ਤਾਂ ਪ੍ਰਧਾਨ ਸਾਹਿਬ ਹਾਜ਼ਰ ਸੀ ਨਾ ਜਨਰਲ ਸਕੱਤਰ ਹਾਜ਼ਰ ਸੀ ਜਿਹੜਾ ਕੈਲੰਡਰ ਗਿਆਨੀ ਹਰਪ੍ਰੀਤ ਸਿੰਘ ਨੇ ਜਾਰੀ ਕੀਤਾ। ਤੇ ਜਿਹੜਾ ਕੈਲੰਡਰ ਅੱਜ ਰਿਲੀਜ਼ ਹੋਇਆ ਹੈ ਉਹਨੂੰ ਜਥੇਦਾਰ ਕਰਨੈਲ ਸਿੰਘ ਪੰਜੋਲੀ ਮੌਕੇ ਤੇ ਹਾਜ਼ਰ ਸੀਗੇ ਤੇ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੇ ਇਸ ਕੈਲੰਡਰ ਨੂੰ ਐਕਸੈਪਟ ਕਰਕੇ ਪ੍ਰਵਾਨ ਕਰਕੇ ਤੇ ਇਹਦੇ ਬਾਰੇ ਜਿਹੜਾ ਮੈਮੋਰੈਂਡਮ ਆ ਜਾਂ ਦਲ ਖਾਲਸਾ ਦਾ ਜਾਂ ਕੌਮ ਦਾ ਜਿਹੜਾ ਪੱਖ ਆ ਉਹ ਵੀ ਲੈ ਲਿਆ ਹੈ। ਅੱਜ ਜਿਹੜਾ ਜਾਰੀ ਕੈਲੰਡਰ ਹੋਇਆ ਜਿਹੜਾ ਦਲ ਖਾਲਸਾ ਨੇ ਬੇਸ਼ੱਕ ਛਾਪ ਕੇ ਜਾਰੀ ਕੀਤਾ, ਹੋਰ ਵੀ ਸਿੱਖ ਸੰਸਥਾਵਾਂ ਨੂੰ ਇਹ ਕੈਲੰਡਰ ਜਿਹੜਾ ਇਹਦੀਆਂ ਤਰੀਕਾਂ ਨੇਗੀਆਂ ਜਾਂ ਦਿਨ ਤਿਉਹਾਰ ਨੇ ਉਹ ਸਾਰੇ ਇਸ ਹਿਸਾਬ ਨਾਲ ਮਨਾਉਣੇ ਵੀ ਚਾਹੀਦੇ ਆ ਤੇ ਕੈਲੰਡਰ ਛਾਪ ਕੇ ਵੰਡਣਾ ਵੀ ਚਾਹੀਦਾ। ਵਿਚਲੀ ਜਿਹੜੀ ਫੋਟੋ ਜਾਂ ਸੰਕਲਪ ਹੁੰਦਾ ਜਾਂ ਗੱਲ ਕਹਿਣੀ ਹੁੰਦੀ ਆ ਉਹ ਹਰੇਕ ਦੀ ਆਪੋ ਆਪਣੀ ਹੁੰਦੀ ਆ। ਜਿਹੜਾ ਕੈਲੰਡਰ ਅੱਜ ਦਲ ਖਾਲਸਾ ਨੇ ਜਾਰੀ ਕੀਤਾ ਇਹਦੇ ਉੱਤੇ ਉਹਨਾਂ ਸਿੰਘਾਂ ਦੀਆਂ ਉਹਨਾਂ ਗੁਰਸਿੱਖਾਂ ਦੀਆਂ ਤਸਵੀਰਾਂ ਨੇ, ਫੋਟੋਆਂ ਲੱਗੀਆਂ ਹੋਈਆਂ ਨੇ, ਚੋਣਵੀਆਂ ਫੋਟੋਆਂ ਨੇ ਜਿਨ੍ਹਾਂ ਨੇ ਸਿੱਖ ਬਾਦਸ਼ਾਹਤ ਅਤੇ ਪ੍ਰਭੂ ਸੱਤਾ ਲਈ ਜਿਹੜੀ ਆ ਡਟ ਕੇ ਲੜ ਕੇ ਜਾਂ ਅੱਜ ਲੜ ਰਹੇ ਨੇ ਇਹਨਾਂ ਸਾਰਿਆਂ ਦੀਆਂ ਫੋਟੋਆਂ ਨੇ। ਤੇ ਸਭ ਤੋਂ ਵਧੀਆ ਗੱਲ ਆ ਜਿਹੜੀ ਉਹ ਇਹ ਆ ਕਿ ਜਦੋਂ ਤੋਂ ਦਸ਼ਮੇਸ਼ ਪਾਤਸ਼ਾਹ ਤੋਂ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਜਿੰਨੇ ਅੱਡ ਅੱਡ ਮੌਕਿਆਂ ਦੇ ਉੱਤੇ ਵੱਡੀਆਂ ਸ਼ਖਸੀਅਤਾਂ ਨੇ ਖਾਲਸੇ ਦੀ ਬਾਦਸ਼ਾਹਤ ਲਈ, ਖਾਲਿਸਤਾਨ ਲਈ, ਸਿੱਖ ਕੌਮ ਲਈ, ਸਿੱਖੀ ਦੀ ਚੜ੍ਹਤ ਲਈ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਸਾਰਿਆਂ ਨੂੰ ਇਹਦੇ ਵਿੱਚ ਥਾਂ ਦਿੱਤੀ ਗਈ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ, ਮਹਾਰਾਜਾ ਰਣਜੀਤ ਸਿੰਘ ਦੀ, ਬਾਬਾ ਬਘੇਲ ਸਿੰਘ ਦੀ ਆਪਾਂ ਘਾਲਣਾ ਤੋਂ ਸਾਰੇ ਜਾਣੂ ਆ ਕਿ ਉਹਨਾਂ ਨੇ ਜਿਹੜਾ ਦਸ਼ਮੇਸ਼ ਪਾਤਸ਼ਾਹ ਤੋਂ ਬਾਅਦ ਵਿੱਚ ਜਦੋਂ ਆ ਕੇ ਸਾਡਾ ਲਾਲ ਕਿਲੇ ਤੇ ਝੰਡਾ ਝੂਲਦਾ ਉੱਥੋਂ ਤੱਕ ਦਾ ਸਾਰਾ ਇਤਿਹਾਸ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਤੋਂ ਸ਼ੁਰੂ ਹੋ ਕੇ ਬਾਬਾ ਬਘੇਲ ਸਿੰਘ ਵੱਲੋਂ ਖਾਲਸਾਈ ਪਰਚਮ ਲਾਲ ਕਿਲੇ ਤੇ ਚਲਾਉਣ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜਭਾਗ ਜਦੋਂ 6 ਰਿਆਸਤਾਂ ਖਾਲਸੇ ਦੀਆਂ ਕਾਇਮ ਹੋਈਆਂ ਇਹ ਸਿੰਬੋਲਿਕ ਤੌਰ ਦੇ ਉੱਤੇ ਹੋ ਗਿਆ ਕਿ ਬਾਬਾ ਬਘੇਲ ਸਿੰਘ ਆਪਦੇ ਸੈਂਕੜੇ ਸਾਥੀਆਂ ਦੇ ਨਾਲ ਲਾਲ ਕਿਲੇ ਤੇ ਖਾਲਸਾਈ ਪਰਚਮ ਚਲਾ ਕੇ ਵਾਪਸ ਆਉਂਦਿਆਂ ਦੀ ਫੋਟੋ ਵੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ 6 ਰਿਆਸਤਾਂ ਜਿਹੜੀਆਂ ਸਾਡੇ ਰਾਜ ਦਾ ਖਾਲਸਾਈ ਰਾਜ ਦਾ ਪ੍ਰਤੀਕ ਸਬੂਤ ਨੇ ਵੀ ਅਸੀਂ ਰਾਜ ਭਾਗ ਭੋਗਿਆ ਉਹਨਾਂ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਾਈ ਹੈ। ਇਸੇ ਕੈਲੰਡਰ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੋਟੋ ਸਭ ਤੋਂ ਪਹਿਲੀ ਫੋਟੋ ਉਹਨਾਂ ਦੀ ਆ ਜਿਹਨਾਂ ਨੇ ਖਾਲਸਾਈ ਬਾਦਸ਼ਾਹਤ ਜਿਹੜੀ ਆ ਸਭ ਤੋਂ ਪਹਿਲਾਂ ਕਾਇਮ ਕੀਤੀ। ਉਸ ਤੋਂ ਬਾਅਦ ਵਿੱਚ ਖਾਲਸਾਈ ਬਾਦਸ਼ਾਹਤ ਜਾਂ ਖਾਲਿਸਤਾਨ ਜਾਂ ਖਾਲਸਾ ਰਾਜ ਦੀ ਗੱਲ ਜਿਹੜੀ ਹੈ ਉਹਨੂੰ ਲੈ ਕੇ ਬਹੁਤ ਸਾਰੀਆਂ ਸ਼ਖਸੀਅਤਾਂ ਅੱਡ ਅੱਡ ਮੌਕਿਆਂ ਤੇ ਸਰਗਰਮ ਰਹੀਆਂ ਪਰ 20ਵੀਂ ਸਦੀ ਦੇ ਵਿੱਚ ਜੋ ਸਤਿਕਾਰ ਸਭ ਤੋਂ ਵੱਧ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਹਾਸਲ ਹੋਇਆ ਇਸ ਕਰਕੇ ਉਹਨਾਂ ਦੀ ਫੋਟੋ ਆ ਜਾਂਦੀ ਹੈ। ਅੱਗੇ ਭਾਈ ਸੁਖਦੇਵ ਸਿੰਘ ਬੱਬਰ ਜਿਹੜੇ ਕਿ ਬੱਬਰ ਖਾਲਸਾ ਦੇ ਮੁਖੀ ਹੈ ਤੇ ਜਿਨ੍ਹਾਂ ਨੇ ਕੌਮ ਲਈ ਬਹੁਤ ਚੜ੍ਹਦੀ ਕਲਾ ਦੇ ਨਾਲ ਜਿਹੜੀ ਗਰੀਲਾ ਜਿਹੜੀ 18ਵੀਂ ਸਦੀ ਵਾਲੀ ਜੰਗ ਸੀ ਉਸੇ ਤਰੀਕੇ ਦੀ ਜੰਗ ਲੜ ਕੇ ਸੰਘਰਸ਼ ਨੂੰ ਅੱਗੇ ਤੋਰਿਆ ਤੇ ਬਾਬਾ ਗੁਰਚਰਨ ਸਿੰਘ ਮਾਨੋ ਚਾਹਲ ਜਿੱਥੇ ਭਿੰਡਰਾਂ ਵਾਲਾ ਜਿਹੜੀ BTF ਸੀਗੀ ਭਿੰਡਰਾਂ ਵਾਲਾ ਟਾਈਗਰ ਫੋਰਸ ਆਫ ਖਾਲਿਸਤਾਨ ਉਹਦੇ ਮੁਖੀ ਵੀ ਸੀ ਪਰ ਉਹ ਪੰਥਕ ਕਮੇਟੀ ਜਿਹੜੀ 1986 'ਚ ਬਣੀ ਸੀ 1986 ਵਾਲੀ ਪੰਥਕ ਕਮੇਟੀ ਜਿਹੜੀ ਕਿ ਅਕਾਲ ਤਖ਼ਤ ਸਾਹਿਬ ਤੇ ਸਰਬੱਤ ਖਾਲਸਾ ਹੋਇਆ ਤੇ ਸਰਬੱਤ ਖਾਲਸਾ ਤੋਂ ਬਾਅਦ ਵਿੱਚ ਉੱਥੇ ਇੱਕ ਪੰਥਕ ਕਮੇਟੀ ਐਲਾਨੀ ਗਈ ਉਹਦੇ ਨੁਮਾਇੰਦੇ ਦੇ ਰੂਪ ਦੇ ਵਿੱਚ ਬਾਬਾ ਗੁਰਚਰਨ ਸਿੰਘ ਮਾਨੋ ਚਾਹਲ ਜਿਨ੍ਹਾਂ ਨੇ 29 ਅਪ੍ਰੈਲ 1986 ਨੂੰ ਫਿਰ ਖਾਲਿਸਤਾਨ ਦਾ ਐਲਾਨਨਾਮਾ ਵੀ ਕੀਤਾ। ਸੋ ਉਸ ਪੰਥਕ ਕਮੇਟੀ ਦੇ ਭਿੰਡਰਾਂ ਵਾਲਾ ਟਾਈਗਰਸ ਫੋਰਸ ਦੇ ਤੇ ਖਾਲਿਸਤਾਨ ਦਾ ਐਲਾਨ ਕਰਨ ਵਾਲੀ ਧਿਰ ਦੇ
ਇੱਕ ਨੁਮਾਇੰਦੇ ਦੇ ਰੂਪ ਦੇ ਵਿੱਚ ਬਾਬਾ ਗਰਜਨ ਸਿੰਘ ਮਾਨੋ ਚਾਹਲ ਦੀ ਤਸਵੀਰ ਜਿਹੜੀ ਆ ਉਹ ਇਸ ਕੈਲੰਡਰ ਦੇ ਉੱਤੇ ਸ਼ਸ਼ੋਭਿਤ ਹੈ। ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਇਹ ਸਾਡੀ ਸਿੱਖ ਕੌਮ ਦੇ ਇਹੋ ਜਿਹੇ ਪਿਆਰੇ ਸ਼ਹੀਦ ਨੇ ਜਿਨ੍ਹਾਂ ਨੇ ਜਿੱਥੇ ਉਸ ਜ਼ਾਲਮ ਨੂੰ ਹੋਰ ਬਹੁਤ ਸਾਰੇ ਜ਼ਾਲਮਾਂ ਨੂੰ ਸੋਧਾ ਲਾਇਆ ਪਰ ਜਿਹੜੇ ਫੌਜਾਂ ਦੇ ਸੈਨਾਪਤੀ ਨੇ 1984 ਦੇ ਵਿੱਚ ਦਰਬਾਰ ਸਾਹਿਬ ਦੇ ਹਮਲੇ ਉੱਤੇ ਅਗਵਾਈ ਕੀਤੀ ਸੀ ਉਸ ਮਸਲੇ ਦੇ ਵਿੱਚ ਉਹਨੂੰ ਸੋਧਾ ਲਾਉਣ ਤੋਂ ਬਾਅਦ ਅਦਾਲਤ ਵਿੱਚ ਜੋ ਲਿਖ ਕੇ ਮੰਨਿਆ ਤੇ ਖਾਲਿਸਤਾਨ ਦਾ ਕੇਸ ਅਦਾਲਤ ਵਿੱਚ ਪੇਸ਼ ਕੀਤਾ ਜਿਹੜੀ ਚਿੱਠੀ ਰਾਸ਼ਟਰਪਤੀ ਨੂੰ ਲਿਖੀ ਉਹ ਸਾਰੀ ਆਪਣੇ ਆਪ ਦੇ ਵਿੱਚ ਖਾਲਿਸਤਾਨੀ ਸੰਘਰਸ਼ ਦੀ ਸਿੱਖ ਬਾਦਸ਼ਾਹਤ ਨੂੰ ਖਾਲਸਾ ਰਾਜ ਨੂੰ ਰੀਪ੍ਰਜੈਂਟ ਕਰਦੀ ਹੈ। ਕਿਹੋ ਜਿਹਾ ਦਸਤਾਵੇਜ਼ ਜਾਂ ਡਾਕੂਮੈਂਟ ਆ ਜਿਹੜਾ ਸਦੀਆਂ ਤੱਕ ਸਾਡੀ ਜਿਹੜੀ ਆਉਣ ਵਾਲੀਆਂ ਨਸਲਾਂ ਨੇ ਆਉਣ ਵਾਲੀਆਂ ਪੁਸ਼ਤਾਂ ਨੇ ਉਹਨੂੰ ਰਾਹ ਦਿਖਾਉਂਦਾ ਰਹੂਗਾ ਕਿ ਫਾਂਸੀ ਤੇ ਤਖ਼ਤ ਦੇ ਉੱਤੇ ਖੜ ਕੇ ਵੀ ਖਾਲਿਸਤਾਨ ਦੀ ਗੱਲ ਜਿਹੜੀ ਆ ਕਿਵੇਂ ਕੀਤੀ ਜਾ ਸਕਦੀ ਹੈ। ਸੋ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਫੋਟੋ ਹੈ। ਅੱਗੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਿਹੜੇ ਉਸ ਵੇਲੇ ਪ੍ਰਧਾਨ ਸੀ ਜਦੋਂ ਜੂਨ 1984 ਨੂੰ ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਨੇ ਹਮਲਾ ਕੀਤਾ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਚਨ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਉਸ ਮੌਕੇ ਜਿਹੜੇ ਫੈਡਰੇਸ਼ਨ ਦੇ ਪ੍ਰਧਾਨ ਸੀਗੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਉਹਨਾਂ ਦੀ ਫੋਟੋ ਲੱਗੀ ਹੈ ਤੇ ਭਾਈ ਅਮਰੀਕ ਸਿੰਘ ਜਿੱਥੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਪੁੱਤਰ ਸੀ ਉੱਥੇ ਫੈਡਰੇਸ਼ਨ ਦੇ ਪ੍ਰਧਾਨ ਵੀ ਸੀ ਤੇ ਇਹੋ ਜਿਹਾ ਬੇਦਾਗ ਇਹੋ ਜਿਹਾ ਧੜੱਲੇਦਾਰ ਇਹੋ ਜਿਹਾ ਸਾਫ਼ ਪਵਿੱਤਰ ਆਤਮਾ ਔਰ ਬਹੁਤ ਹੀ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹਨਾਂ ਨੇ ਸਿੱਖ ਜਵਾਨੀ ਨੂੰ ਉਸ ਮੌਕੇ ਟੁੰਬਿਆ ਤੇ ਖਾਲਿਸਤਾਨੀ ਸੰਘਰਸ਼ ਦੇ ਵਿੱਚ 1984 ਨੂੰ ਇਹਨਾਂ ਨੇ ਅਜੀਮ ਸ਼ਹਾਦਤ ਜਿਹੜੀ ਆ ਅਕਾਲ ਤਖ਼ਤ ਸਾਹਿਬ ਤੇ ਪਾਈ ਜਿਹੜਾ ਸਾਡੇ ਗੁਰਬਾਣੀ ਜਦੋਂ ਸਾਡੇ ਰਾਗੀ ਢਾਡੀ ਕਥਾਕਾਰ ਗਾਇਨ ਕਰਦੇ ਆ ਤੇ ਉਹ ਜਦੋਂ ਕਹਿੰਦੇ ਆ ਨਾ ਕਿ ਜਿਹੜਾ ਹਰੀ ਕੇ ਦੁਆਰ ਮਰਨ ਦੀ ਜਿਹੜੀ ਇੱਛਾ ਹੈ ਉਹ ਇੱਕ ਅੰਦਰੋਂ ਆਉਂਦੀ ਹੈ ਤੋ ਇਹਨਾਂ ਸ਼ਹੀਦ ਭਾਈ ਅਮਰੀਕ ਸਿੰਘ ਹੋਣਾ ਨੂੰ ਇਹ ਜਿਹੜੀ ਚੀਜ਼ ਆ ਹਾਸਲ ਹੋਈ। ਅੱਗੇ ਭਾਈ ਚਰਨਜੀਤ ਸਿੰਘ ਚੰਨੀ ਬਹੁਤ ਸਾਡੇ ਭਰਾਵਾਂ ਨੂੰ ਇਸ ਗੱਲ ਦਾ ਘੱਟ ਪਤਾ ਹੈ ਕਿ ਸ਼ਹੀਦ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਜਿਹੜੇ ਕਿ ਅਕਾਲੀ ਲੀਡਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਭਤੀਜੇ ਵੀ ਸੀਗੇ ਪਰ ਇਹ ਫੈਡਰੇਸ਼ਨ ਦੇ ਉਹ ਆਗੂ ਨੇ ਜਿਨ੍ਹਾਂ ਨੇ 1984 ਤੋਂ ਬਾਅਦ ਵਿੱਚ ਜੋ ਸਿੱਖ ਸੰਘਰਸ਼ ਚੱਲਿਆ ਉਹਦੇ ਵਿੱਚ ਦੋਨਾਂ ਫਰੰਟਾਂ ਦੇ ਉੱਤੇ ਅੰਡਰਗਰਾਊਂਡ ਤੇ ਓਵਰਗਰਾਊਂਡ ਦੋਨਾਂ ਫਰੰਟਾਂ ਤੇ ਸਿਰੇ ਦੀ ਸੇਵਾ ਜਿਹੜੀ ਆ ਚੋਟੀ ਦੀ ਸੇਵਾ ਉਹ ਕੀਤੀ ਆ ਤੇ ਜਿਹੜੀ ਦੂਜੀ ਪੰਥਕ ਕਮੇਟੀ ਬਣੀ ਬਾਅਦ ਵਿੱਚ ਉਸ ਪੰਥਕ ਕਮੇਟੀ ਦੇ ਵਿੱਚ ਡਾਕਟਰ ਸੋਹਣ ਸਿੰਘ ਨੂੰ ਲੈ ਕੇ ਆਉਣ ਵਾਲੇ ਜਾਂ ਜਿਹੜੇ ਵੱਡੇ ਅਫਸਰ ਜਿਵੇਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉਹਦਾ ਜਿਹੜਾ ਚੇਅਰਮੈਨ ਸੀ ਮੇਜਰ ਜਨਰਲ ਬੀ ਐਨ ਕੁਮਾਰ ਜਿਹਨੂੰ ਚੰਡੀਗੜ੍ਹ ਚ ਸੋਧਾ ਲਾਇਆ ਸੀ ਉਹੋ ਜਿਹੇ ਅਨੇਕਾਂ ਐਕਸ਼ਨ ਜਿਨ੍ਹਾਂ ਦਾ ਰਾਜਨੀਤਿਕ ਜਿਹੜਾ ਸਿਆਸੀ ਜਿਹੜਾ ਅਰਥ ਹੁੰਦਾ ਸੀ ਉਹਨਾਂ ਵੇਲਿਆਂ ਦੇ ਵਿੱਚ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਜਦੋਂ ਕੋਈ ਕਾਰਵਾਈ ਕਰਦੇ ਕਰਾਉਂਦੇ ਸੀ ਤਾਂ ਉਹ ਦਿੱਲੀ ਤੱਕ ਬੈਠੇ ਲੋਕਾਂ ਨੂੰ ਸਮਝ ਲੱਗ ਜਾਂਦੀ ਸੀ ਕਿ ਇਹਦੇ ਪਿੱਛੇ ਭਾਈ ਚੰਨੀ ਦਾ ਦਿਮਾਗ ਹੋਣਾ ਕਿਉਂਕਿ ਇਸ ਐਕਸ਼ਨ ਦੇ ਬਹੁਤ ਵੱਡੇ ਅਰਥ ਨਿਕਲਦੇ। 1984 ਤੋਂ ਬਾਅਦ ਵਿੱਚ ਬੜੀਆਂ ਸ਼ਖਸੀਅਤਾਂ ਇਸ ਸੰਘਰਸ਼ ਦੇ ਵਿੱਚ ਆਈਆਂ ਸਾਰਿਆਂ ਦਾ ਹੀ ਸਤਿਕਾਰ ਆ ਕੋਈ ਵੀ ਘੱਟ ਨਹੀਂ ਪਰ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਜਿਹੜੇ ਕਿ ਜਨਰਲ ਲਾਭ ਸਿੰਘ ਹੋਣਾ ਨਾਲ ਭਾਈ ਜਿੰਦੇ ਸੁੱਖੇ ਹੋਣਾ ਨਾਲ ਭਾਈ ਦਲਜੀਤ ਸਿੰਘ ਹੋਣਾ ਨਾਲ ਭਾਈ ਕਵਰਜੀਤ ਸਿੰਘ ਸੁਲਤਾਨਵਿੰਡ ਹੋਣਾ ਨਾਲ ਜਾਂ ਉਸ ਵੇਲੇ ਦੇ ਸਾਰੇ ਜਿਹੜੇ ਜੁਝਾਰੂ ਸੀ ਉਹਨਾਂ ਦੇ ਨਾਲ ਵਿਚਰਦਿਆਂ ਹੋਇਆਂ ਜਿਸ ਤਰੀਕੇ ਨਾਲ ਇਹਨਾਂ ਨੇ ਸੇਵਾ ਕੀਤੀ ਹੈ ਤੇ ਇਹ ਵੱਡੇ ਜਿਹੜੇ ਗਰੀਲਾ ਐਕਸ਼ਨ ਆ ਸਿੱਖ ਜਗਤ ਦੇ ਉਸ ਵੇਲੇ ਦੇ ਜਿਨ੍ਹਾਂ ਨੇ ਦਿੱਲੀ ਦਰਬਾਰ ਨੂੰ ਕੰਬਣੀਆਂ ਛੇੜੀਆਂ ਉਹਨਾਂ ਦੇ ਵਿੱਚ ਤਾਂ ਪ੍ਰਮੁੱਖਤਾ ਸਹਿਤ ਜ਼ਿੰਮੇਵਾਰੀ ਨਿਭਾਈ ਹੋਈ ਸੱਚੇ ਪਾਤਸ਼ਾਹ ਨੇ ਸੇਵਾ ਲਈ ਪਰ ਜਿਹੜਾ ਰਾਜਨੀਤਿਕ ਜਾਂ ਸਿਆਸੀ ਤੌਰ ਦੇ ਉੱਤੇ ਓਵਰਗਰਾਊਂਡ ਜਿਹੜੇ ਫਰੰਟ ਦੇ ਉੱਤੇ ਫੈਸਲੇ ਕਰਨ ਕਰਾਉਣਾ ਹੁੰਦੇ ਸੀ ਉਹਦੇ ਵਿੱਚ ਵੀ ਜੋ ਸੇਵਾ ਇਸ ਵੀਰ ਦੀ ਆ ਉਹ ਅਜੇ ਸਾਡੇ ਬਹੁਤੇ ਭਰਾਵਾਂ ਨੂੰ ਪਤਾ ਹੀ ਨਹੀਂ। ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਜੇਕਰ ਮੈਂ ਇਹ ਸੋਚਦਾ ਹੁੰਦਾ ਵੀ ਸਾਡਾ ਖਾਲਿਸਤਾਨ ਹੋਂਦ ਵਿੱਚ ਆ ਚੁੱਕਿਆ ਹੁੰਦਾ ਅੱਜ ਭਾਈ ਚਰਨਜੀਤ ਸਿੰਘ ਚੰਨੀ ਨੂੰ ਲੋਕਾਂ ਨੇ ਕਹਿਣਾ ਸੀ ਆਹ ਹੁੰਦਾ ਸੀ ਉਹ ਸਿੰਘ ਜਿਹਨੇ ਸਾਰੀ
1984 ਤੋਂ ਬਾਅਦ ਵਾਲੀ ਜਿਹੜੀ ਲਹਿਰ ਆ ਉਹਦੇ ਵਿੱਚ ਸਭ ਤੋਂ ਵਧੀਆ ਤੇ ਸਭ ਤੋਂ ਸ਼ਾਨਦਾਰ ਜਿਹੜੀ ਭੂਮਿਕਾ ਨਿਭਾਈ। ਇੱਕ ਰੂਟ ਮੈਪ ਜਿਵੇਂ ਤਿਆਰ ਕਰਦਾ ਬੰਦਾ ਜਿਵੇਂ ਅਲੀਕਦਾ ਕਿ ਐਦਾਂ ਹੋਣਾ ਚਾਹੀਦਾ, ਔਰ ਬੜੀ ਕਾਮਯਾਬੀ ਹੋਈ ਜਿਹੜੀ ਖਾੜਕੂ ਸੰਘਰਸ਼ ਖਾਲਿਸਤਾਨੀ ਸੰਘਰਸ਼ ਨੂੰ ਬਲਦੀ ਮਿਲੀ ਉਹਦੇ ਵਿੱਚ ਘੱਟ ਕਿਸੇ ਨੇ ਵੀ ਨਹੀਂ ਕੀਤੀ। ਭਾਈ ਚਰਨੀ ਸਿੰਘ ਚੰਨੀ ਤਲਵੰਡੀ ਜਿਹੜੇ ਨੇ ਉਹ ਬਹੁਤ ਅਹਿਮ ਤੇ ਸ਼ਾਨਦਾਰ ਜਿਹੜੀ ਆ ਭੂਮਿਕਾ ਨਿਭਾਈ ਆ, ਤੇ ਖਾਸ ਤੌਰ ਦੇ ਉੱਤੇ 1985 ਦੇ ਵਿੱਚ ਜਦੋਂ ਲੌਂਗੋਵਾਲ ਵਾਲਾ ਸੋਧਾ ਲਾਇਆ ਉਦੋਂ ਤੋਂ ਲੈ ਕੇ ਬਹੁਤ ਚੰਗੇ ਤਰੀਕੇ ਨਾਲ ਫੈਡਰੇਸ਼ਨ ਨੂੰ ਨੌਜਵਾਨਾਂ ਨੂੰ ਲਾਮਬੰਦ ਕੀਤਾ। 1984 ਤੋਂ ਬਾਅਦ ਦੇ ਸੰਘਰਸ਼ ਦੇ ਵਿੱਚ ਸਿੱਖ ਜੁਝਾਰੂ ਲਹਿਰ ਨੂੰ ਅਗਵਾਈ ਦੇਣ ਵਿੱਚ ਨਵੇਂ ਜਿਹੜੇ ਰੰਗਰੂਟ ਸੀ, ਨਵੇਂ ਜਿਹੜੇ ਗੁਰੂ ਦੇ ਪਿਆਰੇ ਸਿੱਖ ਸੀ, ਉਹਨਾਂ ਨੂੰ ਭਰਤੀਕਰਨ ਕਰਾਉਣ ਦੇ ਵਿੱਚ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਦਾ ਯੋਗਦਾਨ ਜਿਹੜਾ ਹੈਗਾ ਉਹ ਬਹੁਤ ਬੇਮਿਸਾਲ ਹੈ। ਇਸ ਤੋਂ ਬਾਅਦ ਵਿੱਚ ਭਾਈ ਮਨਵੀਰ ਸਿੰਘ ਚਹਿੜੂ ਜਿਹੜੇ ਖਾਲਿਸਤਾਨ ਕਮਾਂਡੋ ਫੋਰਸ ਜਥੇਬੰਦੀ ਉਦੋਂ ਬਣੀ ਸੀ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਸਰਬੱਤ ਖਾਲਸਾ ਹੋਇਆ 86 ਚ, ਉਹਦੇ ਵਿੱਚ ਪੰਥਕ ਕਮੇਟੀ ਬਣੀ। ਪੰਥਕ ਕਮੇਟੀ ਦੇ 29 ਅਪ੍ਰੈਲ 1986 ਵਾਲੇ ਸਰਬੱਤ ਖਾਲਸਾ 1986 ਵਾਲੇ ਜਿਹੜਾ ਖਾਲਿਸਤਾਨ ਦਾ ਡੈਕਲੇਰੇਸ਼ਨ ਐਲਾਨਨਾਮਾ ਉਹਦੇ ਵਿੱਚ ਜਿਹੜੀ ਫੌਜ ਤਿਆਰ ਕੀਤੀ ਗਈ, ਐਲਾਨ ਕੀਤਾ ਗਿਆ ਕਿ ਖਾਲਿਸਤਾਨ ਕਮਾਂਡੋ ਫੋਰਸ ਹੋਏਗੀ, ਉਹਦੇ ਮੁਖੀ ਉਸ ਮੌਕੇ ਜਨਰਲ ਹਰੀ ਸਿੰਘ ਜਿਹੜੇ ਕਿ ਅਸਲ ਵਿੱਚ ਸ਼ਹੀਦ ਭਾਈ ਮਨਵੀਰ ਸਿੰਘ ਚਹਿੜੂ ਸੀਗੇ, ਉਹਨਾਂ ਦੀ ਫੋਟੋ ਜਿਹੜੀ ਆ ਉਹ ਇਸ ਕੈਲੰਡਰ ਉੱਤੇ ਲਾਈ ਗਈ ਹੈ। ਇਸ ਤੋਂ ਉਪਰੰਤ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਰਨੈਲ ਜਥੇਦਾਰ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ, ਉਹਨਾਂ ਨੂੰ ਉਹਨਾਂ ਦੀ ਫੋਟੋ ਲਾ ਕੇ ਸਤਿਕਾਰ ਦਿੱਤਾ ਗਿਆ, ਕਿਉਂਕਿ ਇਸ ਸੂਰਮੇ ਨੇ ਜਿਸ ਤਰੀਕੇ ਨਾਲ ਕੌਮ ਦੀ ਚੜ੍ਹਦੀ ਕਲਾ ਲਈ ਭਾਈ ਅਵਤਾਰ ਸਿੰਘ ਬ੍ਰਹਮੋ ਪਹਿਲੋਂ ਮੁਖੀ ਸੀ, ਬਾਅਦ ਵਿੱਚ ਭਾਈ ਬੁੱਧ ਸਿੰਘ ਵਾਲਾ ਬਣੇ, ਇਹਨਾਂ ਤੋਂ ਬਾਅਦ ਡਾਕਟਰ ਸੇਖੋਂ ਨੂੰ ਸੇਵਾ ਮਿਲੀ। ਸੋ ਇਸ ਤੋਂ ਬਾਅਦ ਵਿੱਚ ਅਜੋਕੇ ਜਿਹੜੇ ਸਾਡੇ ਵੀਰ ਜੇਲ੍ਹ 'ਚ ਨਜ਼ਰਬੰਦ ਆ, ਜਿਹਨਾਂ 'ਚੋਂ ਭਾਈ ਜੱਗੀ ਜੌਹਲ ਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਇਹਨਾਂ ਨੂੰ ਵੀ ਸਤਿਕਾਰ ਜਿਹੜਾ ਹੈਗਾ ਉਹ ਇਸ ਕੈਲੰਡਰ 'ਤੇ ਮਿਲਿਆ। ਉਪਰੰਤ ਖਾਲਿਸਤਾਨ ਕਮਾਂਡੋ ਫੋਰਸ ਦੇ ਅਗਲੇ ਜਿਹੜੇ ਮੁਖੀ ਬਣੇ ਜਿਹੜੇ ਅੱਜ ਵੀ ਕੌਮ ਦੀ ਗੱਲ ਕਰ ਰਹੇ ਨੇ ਉਹ ਭਾਈ ਪਰਮਜੀਤ ਸਿੰਘ ਪੰਜਵੜ, ਉਹਨਾਂ ਦੀ ਫੋਟੋ ਆਮ ਤੌਰ ਦੇ ਉੱਤੇ ਬਹੁਤੀ ਉਹਨਾਂ ਦੀ ਕਿਉਂਕਿ ਗਰੀਲਾ ਜ਼ਿੰਦਗੀ ਆ, ਅੱਜ ਵੀ ਉਹ ਜਲਾਵਤਨੀ ਭੋਗ ਰਹੇ ਨੇ, ਪਰ ਉਹਨਾਂ ਦੀ ਇਹ ਫੋਟੋ ਪਹਿਲੀ ਵਾਰ ਸ਼ਾਇਦ ਸੰਗਤਾਂ ਦੇ ਰੂਬਰੂ ਹੋਈ ਹੋਵੇ। ਤੋ ਭਾਈ ਪਰਮਜੀਤ ਸਿੰਘ ਪੰਜਵੜ ਦੀ ਫੋਟੋ ਤੇ ਨਾਲ ਹੀ ਬੱਬਰ ਖਾਲਸਾ ਰਾਹੀਂ ਸੇਵਾ ਕਰਨ ਵਾਲੇ ਔਰ ਬੜੇ ਲੰਮੇ ਅਰਸੇ ਤੋਂ ਕੌਮ ਨੂੰ ਚੰਗੇ ਜਿਹੜੇ ਨੇਗੇ ਚੰਗੇ ਤਰੀਕੇ ਨਾਲ ਅਗਵਾਈ ਦੇਣ ਵਾਲੇ ਭਾਈ ਵਧਾਵਾ ਸਿੰਘ ਬੱਬਰ, ਜਿਹਨਾਂ ਨੂੰ ਸਾਡੇ ਸਿੱਖ ਜਗਤ ਵਿੱਚ ਚਾਚਾ ਜੀ ਕਹਿ ਕੇ ਵੀ ਯਾਦ ਕੀਤਾ ਜਾਂਦਾ, ਉਹਨਾਂ ਦੀ ਫੋਟੋ ਆ। ਇਸ ਤੋਂ ਅੱਗੇ ਦਲ ਖਾਲਸਾ ਨਾਲ ਦਲ ਖਾਲਸਾ ਦੇ ਮੁਖੀ ਰਹੇ ਭਾਈ ਵਿਜੇਂਦਰ ਸਿੰਘ ਜਿਹੜੇ ਕਿ ਜਲਾਵਤਨੀ ਭੋਗ ਰਹੇ ਨੇ, 1981 ਦੇ ਵਿੱਚ ਭਾਰਤੀ ਹਵਾਈ ਜਹਾਜ਼ ਅਗਵਾ ਕਰਕੇ ਪਾਕਿਸਤਾਨ ਲੈ ਕੇ ਗਏ, ਪੰਜ ਸਿੰਘਾਂ ਦੇ ਨਾਲ ਉਹਨਾਂ ਦੀ ਕੁਰਬਾਨੀ, ਇਹਨਾਂ ਦੀ ਜਿਹੜੀ ਘਾਲਣਾ ਉਹ ਆਪਣੇ ਆਪ ਦੇ ਵਿੱਚ ਹੀ ਨਿਵੇਕਲੀ ਆ, ਤੇ ਜਿਸ ਤਰੀਕੇ ਨਾਲ ਅੱਜ ਵੀ ਉਹ ਕੌਮ ਨੂੰ ਖਾਲਿਸਤਾਨ ਦੇ ਲਈ ਪ੍ਰੇਰਨਾ ਦਿੰਦੇ ਆ ਤੇ ਅੱਗੇ ਹੋ ਕੇ ਸੇਵਾਸਾਰੀ ਕਰ ਰਹੇ ਨੇ, ਉਹਨਾਂ ਦਾ ਜਿਹੜਾ ਬਣਦਾ ਸਤਿਕਾਰ ਆ ਉਹ ਕੀਤਾ ਗਿਆ। ਇਸ ਤੋਂ ਬਾਅਦ ਵਿੱਚ ਡਾਕਟਰ ਸੋਹਣ ਸਿੰਘ ਜਿਹੜੇ ਕਿ ਜਿਵੇਂ ਬਾਬਾ ਮਾਨੋ ਚਾਹਲ ਇੱਕ ਪੰਥ ਕਮੇਟੀ ਦੇ ਮੁਖੀ ਸੀ, ਜਿਹੜਾ 1986 ਚ ਪੰਥ ਕਮੇਟੀ ਬਣੀ, ਜਿਹੜੀ ਦੂਜੀ ਪੰਥ ਕਮੇਟੀ ਬਾਅਦ ਵਿੱਚ ਜੁਝਾਰੂ ਜਥੇਬੰਦੀਆਂ ਨੇ ਕਾਇਮ ਕਰਕੇ ਬਣਾਈ, ਉਹ ਡਾਕਟਰ ਸੋਹਣ ਸਿੰਘ ਵਾਲੀ ਸੀ, ਜਿਹਦੇ ਵਿੱਚ ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਆਲ ਇੰਡੀਆ ਸੈਕੂਲਰ ਫੈਡਰੇਸ਼ਨ ਜਿਹੜੀ ਕਿ ਭਾਈ ਦਲਜੀਤ ਸਿੰਘ ਮਿੱਟੂ ਵਾਲੀ ਤੇ BTF, ਇਹ ਚਾਰ ਜਿਹੜੀਆਂ ਖਾੜਕੂ ਜਥੇਬੰਦੀਆਂ ਸੀ, ਇਹ ਤੇ ਬੱਬਰ ਖਾਲਸਾ, ਇਹ ਡਾਕਟਰ ਸੋਹਣ ਸਿੰਘ ਦੇ ਜਿਹੜਾ ਸੀਗਾ ਨਾਲ ਰਲ ਕੇ ਸੇਵਾ ਸਾਰੇ ਕਰਦੇ ਸੀ। ਸੋ ਡਾਕਟਰ ਸੋਹਣ ਸਿੰਘ ਦੀ ਫੋਟੋ ਜਿਹੜੀ ਆ ਉਹ ਵੀ ਇੱਥੇ ਲਾਈ ਗਈ ਆ। ਖਾਲਿਸਤਾਨ ਦੇ ਸੰਘਰਸ਼ ਵਿੱਚ ਉਹਨਾਂ ਵਾਂਗੂ ਹੀ ਇੱਕ ਹੋਰ ਯੋਗਦਾਨ ਪਾਉਣ ਵਾਲੀ ਸ਼ਖਸੀਅਤ ਡਾਕਟਰ ਜਗਜੀਤ ਸਿੰਘ ਚੌਹਾਨ, ਜਿਹਨਾਂ ਨੂੰ ਖਾਲਿਸਤਾਨ ਦਾ ਰਾਸ਼ਟਰਪਤੀ ਵੀ ਐਲਾਨਿਆ ਗਿਆ, ਉਹਨਾਂ ਨੇ ਬੜੀ ਘਾਲਣਾ ਘਾਲੀ ਖਾਲਿਸਤਾਨ ਦੇ ਬਹੁਤ ਸਾਰੇ ਜਿਹੜੇ ਸੀ, ਕਦੇ ਕਰੰਸੀ ਜਾਰੀ ਕੀਤੀ, ਕਦੇ ਕੁਛ ਜਾਰੀ ਕੀਤਾ। ਸੋ ਉਹਨਾਂ ਦਾ ਯੋਗਦਾਨ ਖਾਲਿਸਤਾਨ ਲਈ ਜਾਂ ਖਾਲਸਾ ਰਾਜ ਲਈ ਜਾਣਦਿਆਂ ਕਰਕੇ ਉਹਨਾਂ ਨੂੰ ਸਨਮਾਨ ਦਿੱਤਾ ਗਿਆ, ਉਹਨਾਂ ਦੀ ਜਿਹੜੀ ਤਸਵੀਰ ਆ ਉਹ ਇਸ ਕੈਲੰਡਰ ਤੇ ਲਾਈ ਗਈ ਆ। ਉਪਰੰਤ ਡਾਕਟਰ ਗੁਰਮੀਤ ਸਿੰਘ ਔਲਖ, ਉਹਨਾਂ ਦੀ ਫੋਟੋ
ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਰਹਿ ਕੇ ਖਾਲਿਸਤਾਨ ਦੇ ਸੰਘਰਸ਼ ਨੂੰ ਬੁਲੰਦੀ ਦਿੱਤੀ ਹੈ। ਉਪਰੰਤ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਜਿੱਥੇ ਬੱਬਰ ਖਾਲਸਾ ਦੇ ਰਾਹੀਂ ਸੇਵਾ ਕੀਤੀ ਉਹ ਅਲੱਗ ਹੈ, ਪਰ ਉਹ ਚੱਬੇ ਦੇ ਵਿੱਚ ਜਿਹੜਾ ਸਰਬੱਤ ਖਾਲਸਾ ਹੋਇਆ ਉੱਥੇ ਵੀ ਸਿੱਖ ਸੰਗਤਾਂ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ, ਸੋ ਉਹਨਾਂ ਦੀ ਫੋਟੋ ਹੈ। ਉਪਰੰਤ ਭਾਈ ਦਲਜੀਤ ਸਿੰਘ ਬਿੱਟੂ ਜਿਹੜੇ ਕਿ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ ਗਰੀਲਾ ਐਕਸ਼ਨਾਂ ਦੇ ਵਿੱਚ, ਭਾਈ ਗੁਰਜੰਟ ਸਿੰਘ ਬੁੱਧ ਸੰਘਾਲਾ, ਭਾਈ ਕਮਰਜੀਤ ਸਿੰਘ ਸੁਲਤਾਨਵਿੰਡ, ਜਨਰਲ ਲਾਭ ਸਿੰਘ, ਭਾਈ ਜਿੰਦਾ ਸੁੱਖਾ ਤੇ ਹੋਰ ਬੜੀ ਵੱਡੀ ਜਿਹੜੀ ਇੱਕ ਉਸ ਵੇਲੇ ਦੀ ਸਿੱਖ ਜਵਾਨੀ ਜਿਹੜੀ ਸੀਸ ਤਲੀ ਤੇ ਧਰ ਕੇ ਕੌਮ ਲਈ ਲੜਦੀ ਸੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਜਿਹੜਾ ਹੈਗਾ ਇਸ ਵੀਰ ਨੂੰ ਮਿਲਿਆ। ਅੱਜ ਵੀ ਭਾਈ ਦਲਜੀਤ ਸਿੰਘ ਬਿੱਟੂ ਜਿਹੜੇ ਨੇ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜਾ ਆਪਦਾ ਬਣਦਾ ਯੋਗਦਾਨ ਪਾ ਰਹੇ ਨੇ। ਉਪਰੰਤ ਇਹ ਜਿਹੜਾ ਸੰਘਰਸ਼ ਆ ਇਹਦੇ ਵਿੱਚ ਇਸ ਵੇਲੇ ਸਭ ਤੋਂ ਜਿਹੜਾ ਮੋਢੀ ਹੋ ਕੇ ਸੇਵਾ ਕਰ ਰਹੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ, ਉਹਨਾਂ ਦੀ ਫੋਟੋ ਆ, ਜਿਨ੍ਹਾਂ ਨੇ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਅਦਾਲਤੀ ਤੌਰ ਦੇ ਉੱਤੇ ਜਦੋਂ ਵੀ ਕਿਤੇ ਖਾਲਿਸਤਾਨ ਦੇ ਮਸਲੇ ਉੱਤੇ ਗੱਲ ਚੱਲਦੀ ਆ ਤਾਂ ਸਭ ਤੋਂ ਵੱਧ ਕੇਸ ਜਿਹੜੇ ਆ ਉਹਨਾਂ ਤੇ ਪਏ ਤੇ ਉਹ ਬਰੀ ਵੀ ਹੋਏ। ਸੋ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਡਾਕਟਰ ਜਗਜੀਤ ਸਿੰਘ ਚੌਹਾਨ ਦਾ, ਡਾਕਟਰ ਸੋਹਣ ਸਿੰਘ ਦਾ, ਸਿਮਰਜੀਤ ਸਿੰਘ ਮਾਨ ਦਾ, ਭਾਈ ਦਲਜੀਤ ਸਿੰਘ ਬਿੱਟੂ ਦਾ, ਸਾਰਿਆਂ ਦਾ ਹੀ ਯੋਗਦਾਨ ਆ, ਸਾਰਿਆਂ ਦੀਆਂ ਫੋਟੋਆਂ ਨੇ। ਇਸ ਤੋਂ ਬਾਅਦ ਵਿੱਚ ਅੱਗੇ ਜਿਹੜੀ ਹੁਣੇ 26 ਜਨਵਰੀ ਨੂੰ ਪਿਛਲੇ ਸਾਲ ਲਾਲ ਕਿਲ੍ਹੇ ਤੇ ਖਾਲਸਾਈ ਪਰਚਮ ਚੁਲਾਇਆ ਸੀਗਾ ਉਹਦੇ ਚ ਵਾਂ ਪਿੰਡ ਦੇ ਸਾਡੇ ਪਿਆਰੇ ਵੀਰ ਜੁਗਰਾਜ ਸਿੰਘ ਨੇ ਉੱਥੇ ਸੇਵਾ ਕੀਤੀ ਸੀਗੀ, ਉਹਨਾਂ ਦੀ ਉਹਨਾਂ ਨੂੰ ਸਨਮਾਨ ਕਰਦਿਆਂ ਦੀ ਫੋਟੋ ਹੈ। ਨੌਜਵਾਨ ਸਾਡੀ ਕੌਮ ਦੇ ਸਨਮਾਨ ਕਰ ਰਹੇ ਨੇ। ਉਪਰੰਤ ਇੱਕ ਪਾਸੇ ਦਲ ਖਾਲਸਾ ਦੇ ਮੌਜੂਦਾ ਪ੍ਰਧਾਨ ਭਾਈ ਹਰਪਾਲ ਸਿੰਘ ਟੀਮਾ ਤੇ ਨਾਲ ਉਹਨਾਂ ਦੇ ਪਰਮਜੀਤ ਸਿੰਘ ਮੰਡ ਤੇ ਪਰਮਜੀਤ ਸਿੰਘ ਟਾਂਡਾ ਜਿਹੜੇ ਕਿ ਸਿੱਖ ਯੂਥ ਆਫ ਪੰਜਾਬ ਤੇ ਦਲ ਖਾਲਸਾ ਦੇ ਜਿਹੜੇ ਨੇ ਸੇਵਾਦਾਰ ਨੇ ਸੇਵਾ ਕਰ ਰਹੇ ਨੇ। ਸੋ ਇਹ ਜਿਹੜੀਆਂ ਖਾਲਸਾਈ ਬਾਦਸ਼ਾਹਤ ਨੂੰ ਸਿੱਖ ਪ੍ਰਮੁੱਖ ਸੱਤਾ ਨੂੰ ਪ੍ਰਣਾਏ ਹੋਏ ਕੁਛ ਲੋਕ ਸ਼ਹੀਦ ਹੋਏ ਹੋਏ ਨੇ, ਕੁਛ ਜੇਲ੍ਹਾਂ 'ਚ ਨਜ਼ਰਬੰਦ ਨੇ, ਕੁਛ ਇਸ ਮੌਕੇ ਵੀ ਸੇਵਾ ਕਰ ਰਹੇ ਨੇ। ਇਹ ਸਾਰਾ ਕੁਛ ਸਾਨੂੰ ਇੱਕ ਖਾਸ ਤਰ੍ਹਾਂ ਦਾ ਅਹਿਸਾਸ ਕਰਾਉਂਦਾ। ਮੈਂ ਦੇਖਿਆ ਕਿ ਕਈ ਸਾਡੇ ਭਰਾ ਜਿਹੜੇ ਨੇ ਉਹ ਇਹ ਗੱਲ ਬੜੀ ਪ੍ਰਚਾਰਨ ਦੇ ਵਿੱਚ ਲੱਗੇ ਹੋਏ ਨੇ ਕਿ ਜਿਵੇਂ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਲੈ ਕੇ ਹੁਣ ਤੱਕ ਵਿੱਚ ਵਿਚਾਲੇ ਕੁਛ ਹੋਇਆ ਨਹੀਂ, ਬਸ ਅਸੀਂ ਹੁਣ ਆਏ ਹਾਂ ਤੇ ਖਾਲਿਸਤਾਨ ਦਾ ਝੰਡਾ ਅਸੀਂ ਚੱਕਿਆ, ਬਸ ਇਸ ਤੋਂ ਪਹਿਲਾਂ ਵਿਚਾਲੇ ਕੁਛ ਨਹੀਂ ਹੋਏ। ਜਦੋਂ ਕਿ ਆਹ ਜਿਹੜਾ ਕੈਲੰਡਰ ਆ ਇਹ ਜਦੋਂ ਵੀ ਆਪਾਂ ਦੇਖਾਂਗੇ ਆਪਾਂ ਨੂੰ ਚੇਤੇ ਆਊਗਾ ਕਿ 1984 ਤੋਂ ਨਹੀਂ, ਇਹ ਤਾਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਇੱਕ ਲਗਾਤਾਰ ਖਾਲਸੇ ਦੇ ਰਾਜ ਦੇ ਲਈ ਅੱਡ ਅੱਡ ਮੌਕਿਆਂ ਤੇ ਅੱਡ ਅੱਡ ਸ਼ਖਸੀਅਤਾਂ ਦੇ ਰਾਹੀਂ ਕੌਮ ਦੀ ਲੜਾਈ ਜਿਹੜੀ ਆ ਉਹ ਜਾਰੀ ਰਹੀ ਆ, ਖਾਲਿਸਤਾਨ ਦਾ ਸੰਘਰਸ਼ ਜਾਰੀ ਰਿਹਾ। ਇੱਕ ਤਾਂ ਇਹ ਗੱਲ, ਦੂਸਰੀ ਇਹ ਕਿ ਇਹ ਸਿਰਫ ਨੁਮਾਇੰਦਿਆਂ ਦੇ ਰੂਪ ਚ ਹਜ਼ਾਰਾਂ ਬੇਸ਼ੁਮਾਰ ਖਾਲਿਸਤਾਨੀਆਂ ਦੇ ਵਿੱਚੋਂ ਚੁਣ ਚੁਣ ਕੇ ਅੱਡ ਅੱਡ ਕੈਟਾਗਰੀਆਂ ਦੇ, ਅੱਡ ਅੱਡ ਵਰਗਾਂ ਦੇ, ਅੱਡ ਅੱਡ ਥੋਟ ਦੇ, ਵੀ ਕੁਛ ਗਰੀਲੇ ਹੋਣੇ ਚਾਹੀਦੇ ਆ ਜਿਨ੍ਹਾਂ ਨੇ ਕੌਮ ਲਈ ਗਰੀਲਾ ਜ਼ਿੰਦਗੀ ਲੜੀ, ਕੁਛ ਓਵਰਗਰਾਉਂਡ ਫਰੰਟ ਤੇ ਜਿਨ੍ਹਾਂ ਨੇ ਕੌਮ ਦੀ ਸੇਵਾ ਕੀਤੀ, ਕੁਛ ਜਿਨ੍ਹਾਂ ਨੇ ਸਿਧਾਂਤਕ ਰੂਪ ਦੇ ਵਿੱਚ, ਔਰ ਕਈ ਜਿਹੜੇ ਨੇ ਅੱਡ ਅੱਡ ਪੱਖਾਂ ਵਾਲੇ ਜਿਨ੍ਹਾਂ ਨੇ ਖਾਲਿਸਤਾਨੀ ਸੰਘਰਸ਼ ਨੂੰ ਜਾਂ ਖਾਲਸੇ ਦੇ ਬਾਗੀ ਜਾਂ ਬਾਦਸ਼ਾਹ ਦੇ ਸੰਕਲਪ ਨੂੰ ਦੁਨੀਆ ਸਾਹਮਣੇ ਰੱਖਿਆ, ਤੋ ਉਹ ਗੱਲ ਨੂੰ ਕਹਿੰਦਾ ਹੋਇਆ ਇਹ ਕੈਲੰਡਰ। ਤੇ ਇਸ ਕੈਲੰਡਰ ਦੇ ਰਾਹੀਂ ਜਿੱਥੇ ਅਸੀਂ ਖਾਲਿਸਤਾਨੀ ਸੰਘਰਸ਼ ਦੀ ਜਿਹੜੀ ਸਮੁੱਚੀ ਤਸਵੀਰ ਆ ਉਹਦਾ ਇੱਕ ਅਹਿਸਾਸ ਕਰਦੇ ਹਾਂ, ਮਨ ਦੇ ਵਿੱਚ ਸਾਡੇ ਆਉਂਦਾ, ਉੱਥੇ ਨਾਲ ਦੀ ਨਾਲ ਇੱਕ ਗੱਲ ਹੋਰ ਹੈ ਜਿਹੜੀ ਬੜੀ ਅਹਿਮ ਆ, ਬੜੀ ਜ਼ਰੂਰੀ ਆ। ਉਹ ਇਹ ਹੈ ਕਿ ਇਹ ਜਿਹੜਾ ਸੰਘਰਸ਼ ਆ ਅਜੇ ਜਾਰੀ ਆ, ਤੇ ਇਸ ਸੰਘਰਸ਼ ਦੀ ਜਿਹੜੀ ਪ੍ਰਾਪਤੀ ਆ ਇਹਦਾ ਨਿਸ਼ਾਨਾ ਹੈ, ਉੱਥੇ ਤੀਕਰ ਇਹ ਗੱਲ ਤਾਂ ਜਾਰੀ ਰਹਿਣੀ ਹੈ, ਪਰ ਨਾਲ ਦੀ ਨਾਲ ਸਾਨੂੰ ਜਿਹੜੀਆਂ ਚੁਣੌਤੀਆਂ, ਜਿਹੜੇ ਹਮਲੇ, ਕਿਉਂਕਿ ਜਿੱਥੇ ਸਾਡੇ ਸੰਘਰਸ਼ ਦੇ ਵਿੱਚ ਬਹੁਤ ਸਾਰੇ ਚੰਗੇ ਪੱਖ ਨੇ, ਉੱਥੇ ਇਹ ਵੀ ਆ ਕਿ ਸਟੇਟ ਸਿਸਟਮ ਜਿਸ ਜ਼ਾਲਮ ਮਸ਼ੀਨਰੀ ਨਾਲ ਸਾਡਾ ਮੱਥਾ ਲੱਗਿਆ ਹੋਇਆ ਉਹ ਆਪਦੇ ਵੱਲੋਂ ਕਸਰ ਕੋਈ ਨਹੀਂ ਛੱਡ। ਤੋ ਇਸ ਮੌਕੇ ਸਾਡੇ ਕੈਲੰਡਰ ਨੂੰ, ਨਾਨਕਸ਼ਾਹੀ ਕੈਲੰਡਰ ਨੂੰ ਜਿਵੇਂ ਜਿਹੜਾ ਹੈਗਾ ਪਲਿਊਟ ਕੀਤਾ ਜਾ ਰਿਹਾ, ਉਹਦੇ ਵਿੱਚ ਹੋਰ ਸੋਧਾਂ ਦੇ ਨਾਂ ਤੇ ਡਰਾਮੇ ਕਰਕੇ ਇਹ ਸਾਰਾ ਕੁਛ ਕੀਤਾ ਜਾ ਰਿਹਾ, ਉਹਦੇ ਬਾਰੇ ਸਾਨੂੰ ਚੇਤਾ ਹੋਣਾ ਚਾਹੀਦਾ ਕਿ ਅਸੀਂ ਆਪਦੇ ਕੈਲੰਡਰ ਦੀ, ਆਪਦੇ ਧਰਮ ਦੀ, ਧਰਮ ਗ੍ਰੰਥਾਂ ਦੀ, ਧਰਮ ਅਸਥਾਨਾਂ ਦੀ, ਸਿੱਖ ਫਲਸਫੇ ਦੀ ਸ਼ੁੱਧਤਾ ਦੀ ਲੜਾਈ ਵੀ ਨਾਲ ਦੀ ਨਾਲ ਸਾਨੂੰ ਲੜਨੀ ਪਊਗੀ।
ਸੋ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਜਿਹੜੀਆਂ ਚੰਦਕ ਤਸਵੀਰਾਂ ਨੇ ਇਹ ਉਸ ਸਾਰੇ ਕਾਸੇ ਨੂੰ ਨਹੀਂ ਕਹਿ ਸਕਦੀਆਂ, ਪਰ ਇੱਕ ਚੰਗਾ ਜਿਹੜਾ ਉਪਰਾਲਾ ਜਦੋਂ ਕੋਈ ਜਥੇਬੰਦੀ ਕਰਦੀ ਹੈ ਤਾਂ ਮਨ ਨੂੰ ਖੁਸ਼ੀ ਹੁੰਦੀ ਆ। ਇੱਥੇ ਭਾਈ ਨਰੈਣ ਸਿੰਘ ਚੌੜਾ ਦੀ ਤਸਵੀਰ ਵੀ ਚਾਹੀਦੀ ਸੀ। ਅੱਜ ਅੰਤਰਰਾਸ਼ਟਰੀ ਤੌਰ ਦੇ ਉੱਤੇ ਡਾਕਟਰ ਅਮਰਜੀਤ ਸਿੰਘ ਜੀ ਬਹੁਤ ਵੱਡੇ ਪੱਧਰ ਦੇ ਉੱਤੇ ਅਮਰੀਕਾ ਚ ਰਹਿ ਕੇ ਵਾਸ਼ਿੰਗਟਨ ਡੀਸੀ ਤੋਂ ਉਹ ਖਾਲਿਸਤਾਨ ਦੇ ਇਸ ਵੇਲੇ ਜੇ ਕਿਹਾ ਜਾਵੇ ਤਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਖਾਲਿਸਤਾਨੀ ਸੰਘਰਸ਼ ਦਾ ਚਿਹਰਾ ਮੋਹਰਾ ਡਾਕਟਰ ਅਮਰਜੀਤ ਸਿੰਘ ਨੇ। ਤੋ ਇਵੇਂ ਹੀ ਕੁਛ ਹੋਰ ਸ਼ਖਸੀਅਤਾਂ ਨੇ ਇਸ ਵੇਲੇ ਜਿਨ੍ਹਾਂ ਦੀਆਂ ਫੋਟੋਆਂ ਲੱਗ ਜਾਣੀਆਂ ਚਾਹੀਦੀਆਂ ਸੀ, ਪਰ ਜਗ੍ਹਾ ਦੀ ਘਾਟ ਹੋਣ ਕਰਕੇ ਜਾਂ ਜਿਹੜਾ ਹੈਗਾ ਇੱਕ ਜਿਵੇਂ ਕਈ ਦਾ ਵੀ ਉਹਨਾਂ ਵਿੱਚੋਂ ਜਿਹੜਾ ਹੈਗਾ ਕਿਸੇ ਹੋਰ ਦੀ ਫੋਟੋ ਉਹਨਾਂ ਦੀ ਥਾਂ ਤੇ ਲਾ ਕੇ ਪ੍ਰਬੰਧਕਾਂ ਨੇ, ਪਰ ਕਦੇ ਸੱਚੇ ਪਾਤਸ਼ਾਹ ਇਹੋ ਜਿਹੀ ਕਿਰਪਾ ਕਰਨ ਕਿ ਅਸੀਂ ਇਹ ਸਾਰੇ ਜਿਹੜੀਆਂ ਘਾਟਾਂ ਨੇਗੀਆਂ ਇਹ ਪੂਰੀਆਂ ਕਰ ਸਕੀਏ। ਸੋ ਅੱਜ ਜਦੋਂ ਇਹ ਕੈਲੰਡਰ ਦੀ ਗੱਲ ਹੋਈ ਹੈ ਤਾਂ ਇਹਦੇ ਵਿੱਚ ਇੱਥੇ ਦਰਬਾਰ ਸਾਹਿਬ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਿੱਖ ਨੌਜਵਾਨਾਂ ਨੇ ਇਕੱਠੇ ਹੋ ਕੇ ਜਦੋਂ ਇਹ ਕੈਲੰਡਰ ਜਾਰੀ ਕੀਤਾ ਉਹਦੇ ਵਿੱਚ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਤੇ ਬੁਲਾਰੇ ਪਰਮੀ ਸਿੰਘ ਮੰਡ ਨੇ ਦੱਸਿਆ ਵੀ ਇਹ ਕੈਲੰਡਰ ਜਿਹੜਾ ਹੈ ਇਹ ਮੂਲ ਨਾਨਕਸ਼ਾਹੀ ਕੈਲੰਡਰ ਆ ਜਿਹੜਾ 2003 ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਅਜਲਾਸ ਚ ਪ੍ਰਵਾਨ ਹੋਇਆ ਸੀ, ਤੇ ਜਿਹੜਾ ਕੈਲੰਡਰ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਜਾਂਦਾ ਉਹਦੇ ਵਿੱਚ ਤਾਂ ਬਾਦਲ ਦਲ ਨੇ ਸੰਤ ਸਮਾਜ ਨੂੰ ਖੁਸ਼ ਕਰਨ ਲਈ ਉਹਨਾਂ ਦੇ ਪ੍ਰਭਾਵ ਹੇਠ ਚਲਾਕੀ ਨਾਲ ਜਿਹੜਾ ਸੀ ਉਹ ਵਿਕਰਮੀ ਕੈਲੰਡਰ ਸਾਰਾ ਬਣਾਇਆ ਹੋਇਆ। ਤੇ ਜਿਹੜਾ ਕੈਲੰਡਰ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਕੱਲ, ਉਹਦੇ ਬਾਰੇ ਦਲ ਖਾਲਸਾ ਨੇ ਕਿਹਾ ਵੀ ਇਹ ਤਾਂ ਵਿਕਰਮੀ ਕੈਲੰਡਰ ਵਾ, ਇਹਦੇ ਇਕੱਲਾ ਨਾਂ ਹੀ ਨਾਨਕਸ਼ਾਹੀ ਕੈਲੰਡਰ ਵਾ। ਤੋ ਇਹਨੂੰ 2010 ਦੇ ਵਿੱਚ ਸੋਧਾਂ ਕਰਕੇ ਮਿਲਗੋਬਾ ਕੈਲੰਡਰ ਜਿਹੜਾ ਸੀ ਉਹ ਬਣਾਇਆ ਗਿਆ ਸੀਗਾ। ਤੋ ਪਾਰਟੀ ਵੱਲੋਂ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਅੱਡਰੀ ਪਛਾਣ ਦਾ ਪ੍ਰਤੀਕ ਹੈ ਤੇ ਵਿਕਰਮੀ ਵੱਲ ਮੋੜਨ ਨਾਲ ਕੌਮ ਵਿੱਚ ਭੰਬਲ ਭੂਸਾ ਤੇ ਦੁਬਧਾ ਪੈਦਾ ਹੋਈ ਹੈ। ਉਹਨਾਂ ਨੇ ਕਿਹਾ ਕੈਲੰਡਰ ਵਿਵਾਦ ਨੂੰ ਸੁਲਝਾਉਣ ਅਤੇ ਕੈਲੰਡਰ ਕਾਰਨ ਪੈਦਾ ਹੋਈਆਂ ਵੰਡੀਆਂ ਨੂੰ ਖਤਮ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਂ ਜਨ ਸਕੱਤਰ ਜਥੇਦਾਰ ਕਰਨੈਲ ਸਿੰਘ ਪਿਓੜੀ ਨੂੰ ਮੈਮੋਰੈਂਡਮ ਤੇ ਕੈਲੰਡਰ ਦੀ ਕਾਪੀ ਸੌਂਪੀ। ਤੇ ਇੱਥੇ ਅੱਗੇ ਗੱਲ ਸਾਨੂੰ ਇਹ ਆਉਂਦੀ ਹੈ ਦੱਸਣ ਲਾਇਕ ਜਿਹੜੀ ਹੈ ਕਿ ਜਥੇਬੰਦੀ ਨੇ ਪਾਰਟੀ ਦੇ ਆਗੂਆਂ ਨੇ ਦਲ ਖਾਲਸਾ ਨੇ ਸਿੱਖ ਪ੍ਰਭੂ ਸੱਤਾ ਦੀ ਪ੍ਰਾਪਤੀ ਲਈ ਖਾਲਿਸਤਾਨ ਦੇ ਸੰਘਰਸ਼ ਨੂੰ ਫਿਰ ਅਹਿਦ ਜਿਹੜਾ ਹੈਗਾ ਆਪਦੀ ਵਚਨਬੱਧਤਾ ਉਹ ਦੁਹਰਾਈ ਆ। ਉਹਨਾਂ ਆਖਿਆ ਵੀ ਜਿਹੜਾ ਇਸ ਮੌਕੇ ਦੀ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਆ ਜਿਹੜੀ ਕਾਬਜ਼ ਆ ਉਹ ਆਪਦੀਆਂ ਨਲੈਕੀਆਂ ਜਿਹੜੀਆਂ ਨੇ ਤੇ ਮੈਂ ਨਾ ਮੰਨੂ ਵਾਲੀ ਹੰਕਾਰੀ ਜਿਹੜੀ ਉਹਦੀ ਬਿਰਤੀ ਆ ਉਹਨੂੰ ਆ ਇਲੈਕਸ਼ਨਾਂ ਦੇ ਮੌਕੇ ਜਿਹੜਾ ਜਿਸ ਤਰੀਕੇ ਨਾਲ ਸੰਗਤਾਂ ਨੇ ਨਕਾਰਿਆ, ਰਵਾਇਤੀ ਆਗੂ ਜਿਵੇਂ ਹਾਸ਼ੀਏ ਤੇ ਜਾ ਚੁੱਕੇ ਆ, ਤੋ ਇਸ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਕਿ ਨਾਨਕਸ਼ਾਹੀ ਕੈਲੰਡਰ ਤੇ ਹੋਰ ਮਸਲਿਆਂ ਦੇ ਉੱਤੇ ਆਪਦਾ ਜਿਹੜਾ ਫਰਜ਼ ਆ ਉਹ ਸਹੀ ਨਿਭਾਵੇ। ਇੱਕ ਲੰਮਾ ਚੌੜਾ ਡਾਕੂਮੈਂਟ ਤਿਆਰ ਕਰਕੇ ਦਲ ਖਾਲਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਦਿੱਤਾ ਉਹਦੇ ਵਿੱਚ ਕੈਲੰਡਰ ਦਾ ਪੂਰਾ ਇਤਿਹਾਸ ਦੱਸਿਆ ਕਿ ਇਹ ਜਦੋਂ ਕੈਲੰਡਰ ਜਾਰੀ ਹੋਇਆ ਸੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 14 ਅਪ੍ਰੈਲ 2003 ਨੂੰ, ਉਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਨੇ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਰਿਲੀਜ਼ ਕੀਤਾ ਸੀ। ਤੇ ਇਹ ਜਿਹੜਾ ਕੈਲੰਡਰ ਸੀਗਾ ਇਹਦੇ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਪੰਥਕ ਤੌਰ ਤੇ ਬਹੁਤ ਵਿਚਾਰ ਚਰਚਾਵਾਂ ਕੀਤੀਆਂ ਕਰਾਈਆਂ, ਤੇ ਜਿਹੜੀ 18 ਮਾਰਚ 1998 ਨੂੰ ਇੱਕ ਜੰਤਰੀ ਛਾਪੀ ਸੀਗੀ ਉਹਦੇ ਵਿੱਚ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਜਿਹੜਾ ਸੰਦੇਸ਼ ਲਿਖਿਆ ਸੀ ਜਿਹੜਾ ਅੱਜ ਵੀ ਜਿਹੜਾ ਹੈਗਾ ਬੜਾ ਅਹਿਮ, ਉਹ ਵੀ ਚਿੱਠੀ ਦਾ ਹਿੱਸਾ ਬਣਾਇਆ ਗਿਆ ਕਿ ਹਰ ਕੌਮ ਦੀ ਆਪਣੀ ਵੱਖਰੀ ਹੋਂਦ ਹਸਤੀ ਹੁੰਦੀ ਆ, ਵਿਸ਼ਵ ਪੱਧਰ ਤੇ ਆਪੋ ਆਪਣੀ ਕੌਮੀ ਪਹਿਚਾਣ ਨੂੰ ਦਰਸਾਉਣ ਲਈ ਕੌਮੀ ਦਿਨ ਤਿਉਹਾਰ ਮਨਾਏ ਜਾਂਦੇ ਆ ਹਰੇਕ ਕੌਮ ਵੱਲੋਂ। ਹਰ ਕੌਮ ਧਰਮ ਦੇ ਅਲੱਗ ਅਲੱਗ ਕੈਲੰਡਰ ਨੇ, ਪਰ ਸਿੱਖਾਂ ਕੋਲੇ ਆਪਣਾ ਕੈਲੰਡਰ ਨਹੀਂ ਸੀ। ਵਿਕਰਮੀ ਸੰਮਤ ਨੂੰ ਹੀ ਨਾਨਕਸ਼ਾਹੀ ਸੰਮਤ ਦੇ ਤੌਰ ਤੇ ਵਰਤਿਆ ਜਾ ਰਿਹਾ ਸੀ, ਪਰ ਵਿਕਰਮੀ ਸੰਮਤ ਮੌਸਮੀ ਸਾਲ ਨਾ ਹੋਣ ਕਰਕੇ ਹਰ ਸਾਲ ਮਹੀਨਿਆਂ ਚ ਅੰਤਰ ਆ ਰਿਹਾ ਸੀ, ਜੋ ਕਿ ਗੁਰਬਾਣੀ ਦੇ 12 ਮਹਾਂ ਅਨੁਕੂਲ ਨਹੀਂ। ਗੁਰਬਾਣੀ ਵਿੱਚ ਅੰਕਿਤ 12 ਮਾਹ ਦੇ ਅਨੁਸਾਰ ਸੂਰਜੀ ਕੈਲੰਡਰ ਬਣਾਉਣ ਦੀ ਕੌਮ ਦੀ ਚਰੁਕਣੀ ਇੱਛਾ ਸੀ, ਜਿਸ ਨੂੰ ਸਰਦਾਰ ਪਾਲ ਸਿੰਘ ਪੁਰੇਵਾਲ ਕੈਨੇਡਾ ਨਿਵਾਸੀ ਨੇ ਸਾਲਾਂ ਬੱਧੀ ਮਿਹਨਤ ਕਰਕੇ ਅਮਲੀ ਰੂਪ ਦਿੱਤਾ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਦੇਸੀ ਮਹੀਨਿਆਂ ਦੀਆਂ ਤਰੀਕਾਂ ਨਿਸ਼ਚਿਤ ਕਰ ਦਿੱਤੀਆਂ ਹਨ, ਹੁਣ ਗੁਰਪੁਰਬ ਨਿਸ਼ਚਿਤ ਤਰੀਕਾਂ ਤੇ ਮਨਾਏ ਜਾਇਆ ਕਰਨਗੇ।
ਨਾਨਕਸ਼ਾਹੀ ਕੈਲੰਡਰ ਨੂੰ ਇਹ ਰੂਪ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਚੰਡੀਗੜ੍ਹ ਵੱਲੋਂ ਵਿਦਵਾਨਾਂ ਦੀਆਂ ਬਹੁਤ ਸਾਰੀਆਂ ਇਕੱਤਰਤਾਵਾਂ ਕਰਕੇ ਪ੍ਰਦਾਨ ਕੀਤਾ ਗਿਆ ਹੈ। 5 ਸਾਲਾਂ ਦੀ ਲੰਮੀ ਪ੍ਰਕਿਰਿਆ ਵਿੱਚੋਂ ਲੰਘਣ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਬੇਸਮੈਂਟ ਵਿੱਚ 29 ਮਾਰਚ 2003 ਨੂੰ ਗਿਆਨੀ ਜੋਗਿੰਦਰ ਸਿੰਘ ਬਦੰਤੀ ਵੱਲੋਂ ਸੱਦੇ ਸਿੱਖ ਸੰਮੇਲਨ ਮੌਕੇ ਪੰਥਕ ਧਿਰਾਂ ਨੇ ਇਹਨੂੰ ਪ੍ਰਵਾਨਗੀ ਦਿੱਤੀ। ਉਪਰੰਤ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਨੇ ਇੱਥੇ ਮੋਹਰ ਲਾਈ ਤੇ ਇਹ ਜਿਹੜਾ ਨਾਨਕਸ਼ਾਹੀ ਕੈਲੰਡਰ ਆ ਇਹਦੇ ਆਰੰਭ ਵਿੱਚ ਨਾਨਕਸ਼ਾਹੀ ਕੈਲੰਡਰ ਕਿਉਂ ਅਤੇ ਕਿਵੇਂ ਉਹ ਸਾਰਾ ਲਿਖਿਆ, ਜਿਹਦੇ ਚ ਦੱਸਿਆ ਹੋਇਆ ਵੀ ਜੇਕਰ ਬਿਕਰਮੀ ਕੈਲੰਡਰ ਮੌਜੂਦਾ ਰੂਪ ਵਿੱਚ ਚੱਲਦਾ ਰਿਹਾ ਤਾਂ ਗੁਰਬਾਣੀ ਵਿੱਚ ਮਹੀਨਿਆਂ ਦਾ ਮੌਸਮਾਂ ਅਤੇ ਰੁੱਤਾਂ ਨਾਲ ਉਹ ਸੰਬੰਧ ਹੀ ਟੁੱਟ ਜੂ। ਗੁਰਬਾਣੀ ਵਿੱਚ ਵਰਣਨ ਮਹੀਨੇ ਦੀ ਰੁੱਤ ਕਿਸੇ ਹੋਰ ਮਹੀਨੇ ਆਇਆ ਕਰੂਗੀ। ਇਸ ਕਰਕੇ ਪ੍ਰਚਲਿਤ ਬਿਕਰਮੀ ਕੈਲੰਡਰ ਸਿੱਖ ਪੰਥ ਲਈ ਢੁੱਕਵਾਂ ਨਹੀਂ। ਸਿੱਖ ਪੰਥ ਨੂੰ ਇੱਕ ਅਜਿਹੇ ਸੂਰਜੀ ਕੈਲੰਡਰ ਦੀ ਲੋੜ ਹੈ ਜੋ ਹਮੇਸ਼ਾ ਮੌਸਮ ਨਾਲ ਵਧਿਆ ਰਵੇ। ਪਰ 3 ਜਨਵਰੀ 2010 ਨੂੰ ਜਥੇਦਾਰ ਅਵਤਾਰ ਸਿੰਘ ਮੱਕੜ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀਗੇ, ਉਹਨਾਂ ਨੇ ਬਾਦਲ ਦਲ ਦੇ ਕਹਿਣ ਤੇ ਸਾਧਾ ਬਾਬਿਆਂ ਨੂੰ ਖੁਸ਼ ਕਰਨ ਲਈ ਜਿਹੜਾ ਵੋਟ ਬੈਂਕ ਦੀ ਰਾਜਨੀਤੀ ਦਾ ਇਹ ਕੈਲੰਡਰ ਸ਼ਿਕਾਰ ਹੋਇਆ। 13 ਮੈਂਬਰ ਸੀਗੇ, ਉਹਨਾਂ ਚੋਂ ਜਥੇਦਾਰ ਸੁਖਦੇਵ ਸਿੰਘ ਭੌਰ ਤੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਜਿਹੜੇ ਸੀ ਉਹਨਾਂ ਨੇ ਇਸ ਗੱਲ ਨੂੰ ਨਹੀਂ ਮੰਨਿਆ, ਪਰ ਬਾਕੀਆਂ ਨੇ ਰਲ ਕੇ ਕੈਲੰਡਰ ਦਾ ਘਾਣ ਕਰ ਦਿੱਤਾ ਤੇ ਇਹ ਕੈਲੰਡਰ ਬਾਦਲ ਦਲ ਦੀਆਂ ਵੋਟਾਂ ਦੀ ਰਾਜਨੀਤੀ ਦੀ ਭੇਂਟ ਚੜ ਗਿਆ। ਤੇ ਅੱਜ ਦੀ ਤਰੀਕ ਵਿੱਚ ਉਹ ਸਾਰੇ ਭਲਵਾਨ ਜਿਨ੍ਹਾਂ ਨੂੰ ਖੁਸ਼ ਕਰਨ ਲਈ ਸ਼੍ਰੋਮਣੀ ਕਮੇਟੀ ਨੇ, ਬਾਦਲ ਦਲ ਨੇ ਅਕਾਲ ਤਖਤ ਸਾਹਿਬ ਦੀ ਵਰਤੋਂ ਦੁਰਵਰਤੋਂ ਕਰਕੇ ਨਾਨਕਸ਼ਾਹੀ ਕੈਲੰਡਰ ਦਾ ਘਾਣ ਕੀਤਾ ਸੀ, ਉਹ ਵੀ ਸਾਰੇ ਦੇ ਸਾਰੇ ਬਾਦਲ ਦਲ ਨੂੰ ਛੱਡ ਗਏ ਆ, ਬਾਦਲ ਦਲ ਨੂੰ ਤਿਆਗ ਗਏ ਆ, ਜਿਨ੍ਹਾਂ ਨੂੰ ਖੁਸ਼ ਕਰਨ ਦੇ ਲਈ, ਜਿਹਨਾਂ ਦੀਆਂ ਵੋਟਾਂ ਦੇ ਲਈ ਬਾਦਲ ਦਲ ਨੇ ਇਹ ਪੰਥ ਦੀ ਪਿੱਠ 'ਚ ਛੁਰਾ ਮਾਰਿਆ ਸੀ। ਸੋ ਅਕਾਲ ਤਖਤ ਸਾਹਿਬ ਸਰਵਉੱਚ ਹੈ ਤੇ ਰਹੇਗਾ, ਪਰ ਜਿਹੜੇ ਇਹਦੀ ਮਰਿਆਦਾ ਤੇ ਸਿਧਾਂਤ ਨੂੰ ਮੰਨਦੇ ਆ ਉਹਨਾਂ ਲਈ ਸਿਧਾਂਤ ਦੀ ਸਿੱਤਵ ਦੀ ਗੱਲ ਤਾਂ ਇਹ ਆ ਕਿ ਜਿਹੜੇ ਲੋਕ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ, ਅਕਾਲ ਤਖਤ ਸਾਹਿਬ ਦੇ ਦੀ ਸਰਵਉੱਚਤਾ ਨੂੰ ਮੰਨਦੇ ਆ, ਉਹਨਾਂ ਦੀ ਥਾਂ ਜਿਹੜੇ ਇਹਦੀ ਸਰਵਉੱਚਤਾ ਨੂੰ ਨਹੀਂ ਮੰਨਦੇ ਤੇ ਨਾ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਦੇ ਆ, ਉਹਨਾਂ ਨੂੰ ਤਰਜੀਹ ਦਿੱਤੀ ਗਈ ਤੇ ਬਾਦਲ ਦਲ ਨੇ ਆਪਣੀਆਂ ਲੋੜਾਂ ਦੇ ਤਹਿਤ। ਔਰ ਇਹ ਵੀ ਗੱਲ ਆ ਕਿ ਜਥੇਦਾਰ ਬਲਵੰਤ ਸਿੰਘ ਆਨੰਦਗੜ੍ਹ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਬਹੁਤ ਸਾਰੇ ਸੂਬਿਆਂ ਤੇ ਮੁਲਕਾਂ ਦੀਆਂ ਗੁਰਦੁਆਰਾ ਕਮੇਟੀਆਂ, ਅਖੰਡ ਕੀਰਤਨੀ ਜਥਾ ਤੇ ਪੰਥਕ ਜਥੇਬੰਦੀਆਂ ਨੇ ਕਦੇ ਇਹਨਾਂ ਸੋਧਾਂ ਨੂੰ ਪ੍ਰਵਾਨ ਨਹੀਂ ਕੀਤਾ, ਪਰ ਕਾਗਜ਼ ਧਿਰ ਨੇ ਸਾਧਾ ਬਾਬਿਆਂ ਦੀਆਂ ਵੋਟਾਂ ਦੇ ਲਈ ਇਹਨੂੰ ਨਜ਼ਰਅੰਦਾਜ਼ ਹੀ ਕੀਤਾ। ਹਰ ਕੌਮ ਵਾਂਗ ਸਿੱਖਾਂ ਕੋਲੇ ਆਪਣਾ ਵੱਖਰਾ ਧਾਰੋਂ ਗ੍ਰੰਥ, ਵੱਖਰਾ ਝੰਡਾ, ਵੱਖਰੇ ਸਿੱਕੇ, ਨਾਨਕਸ਼ਾਹੀ ਸਿੱਕੇ, ਸਿੱਖ ਸੱਭਿਆਚਾਰ, ਵੱਖਰਾ ਸੱਭਿਆਚਾਰ ਆ ਸਾਡਾ, ਵੱਖਰੇ ਧਾਰਮਿਕ ਸਥਾਨ ਨੇ, ਵੱਖਰੀਆਂ ਪਰੰਪਰਾਵਾਂ ਨੇ, ਵੱਖਰੀ ਰੌ ਰੀਤ ਆ, ਵੱਖਰੀ ਵਿਚਾਰਧਾਰਾ, ਵੱਖਰੀ ਬੋਲੀ ਹੈ ਤੇ ਕੱਲਾ ਕੈਲੰਡਰ ਰਹਿੰਦਾ ਸੀਗਾ ਤੇ ਜਿਹੜਾ ਕੈਲੰਡਰ ਆਪਾਂ ਵੱਖਰੀ ਅੰਡਰੀ ਤੇ ਵਿਲੱਖਣ ਹੋਣ ਦੀ ਇੱਕ ਪ੍ਰਤੀਕ ਵਜੋਂ ਬਣਾਇਆ ਸੀਗਾ, ਉਹ ਜਿੱਦਣ ਬਣਿਆ ਉਦਣ ਤੋਂ ਹੀ ਪੰਥ ਦੁਖੀ ਜਿਹੜੇ ਸੀ ਉਹ ਤਰਲੋਂ ਮੱਚੀ ਹੋਏ ਪਏ ਸੀ। ਖਾਸ ਤੌਰ ਤੇ RSS ਨੂੰ, ਸੁਦਰਸ਼ਨ ਨੂੰ ਇਹ ਕੈਲੰਡਰ ਬੜਾ ਰੱਖਦਾ ਸੀਗਾ। ਸੋ ਅਕਾਲੀ ਭਾਜਪਾ ਗੱਠਜੋੜ ਜਿਹੜਾ ਸੀ ਉਹਦੇ ਵਿੱਚ RSS ਨੇ ਆਪਦੇ ਕੁਛ ਬੰਦਿਆਂ ਦੇ ਰਾਹੀਂ ਤੇ ਬਾਦਲ ਦਲ ਦੇ ਰਾਹੀਂ, ਕਿਉਂਕਿ ਨਾਲੇ ਤਾਂ ਬਾਦਲ ਦਲ ਦੀ ਵੋਟ ਬੈਂਕ ਨੂੰ ਖਤਰਾ ਹੋ ਗਿਆ ਤੇ ਨਾਲੇ RSS ਵਾਲਿਆਂ ਨਾਲ ਜਿਹੜੀ ਯਾਰੀ ਸੀ ਉਹ ਪੱਕੀ ਕਰਨੀ ਸੀ। ਸੋ ਇਹ ਬਦੰਤੀ ਸਾਹਿਬ ਦੇ ਵੇਲੇ ਅਖੀਰ ਦਬਾਅ ਪਾ ਕੇ ਇਹ ਸੋਧਾਂ ਕਰਾਈਆਂ ਗਈਆਂ। ਪਹਿਲਾਂ ਇਹ ਕਹਿਤਾ ਵੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ, ਦੀਵਾਲੀ, ਹੋਲਾ ਮਹੱਲਾ, ਇਹ ਜੀ 3-4 ਤਰੀਕਾਂ ਜਿਹੜੀਆਂ ਨੇ ਇਹ ਆਪਾਂ ਹਿੰਦੂ ਸਿੱਖ ਏਕਤਾ ਦੇ ਨਾਂ ਤੇ ਜੀ ਆਪਾਂ ਇਹ ਪ੍ਰਾਣੀਆਂ ਕਰ ਲਓ ਵਿਕਰਮੀ ਵਾਲੀਆਂ, ਪਹਿਲਾਂ ਇਹ ਕੀਤਾ ਗਿਆ। ਫਿਰ ਰਹਿੰਦਾ ਖੂੰਹਦਾ ਕਸਰ ਜਿਹੜੀ ਸੀ ਉਹ ਪੂਰੀ ਕਰਤੀ। ਅੰਤ 2015 ਦੇ ਵਿੱਚ ਬਾਦਲ ਦਲ ਨੇ, ਸਾਧਾ ਬਾਬਿਆਂ ਨੇ, ਸੰਘ ਪਰਿਵਾਰ ਨੇ ਨਾਨਕਸ਼ਾਹੀ ਕੈਲੰਡਰ ਜਿਹੜਾ ਸੀਗਾ ਉਹ ਨਾਂ ਰੱਖ ਕੇ ਬਿਕਰਮੀ ਕੈਲੰਡਰ ਕੌਮ ਦੇ ਸਿਰ ਤੇ ਮੜ ਦਿੱਤਾ ਤੇ ਕੈਲੰਡਰ ਦਾ ਪੂਰਨ ਰੂਪ ਦੇ ਵਿੱਚ ਮਾਮਣੀਕਰਨ, ਬਿਕਰਮੀਕਰਨ ਕਰ ਦਿੱਤਾ। ਸੋ ਅੱਜ ਇਹ ਮਸਲਾ ਜਦੋਂ ਉਠਾਉਣ ਦਾ ਇੱਕ ਮੌਕਾ ਸੋਹਣੇ ਤਰੀਕੇ ਨਾਲ ਆਇਆ, ਵੈਸੇ ਤਾਂ ਦਲ ਖਾਲਸਾ ਹਰ ਸਾਲ ਹੀ ਕੈਲੰਡਰ ਛਾਪ ਕੇ ਇਹ ਸੰਗਤਾਂ ਦੇ ਵਿੱਚ ਲੈ ਕੇ ਆਉਂਦੀ ਹੈ ਗੱਲ ਜਥੇਬੰਦੀ, ਪਰ ਇਸ ਵਾਰ ਕਿਉਂਕਿ ਬਾਦਲ ਦਲ ਹਾਸ਼ੀਏ ਤੇ ਗਿਆ ਹੋਇਆ ਤੇ ਉਹ ਸਾਰੇ ਲੋਕਾਂ ਨਾਲ ਵਿਗਾੜ ਪੈ ਚੁੱਕਿਆ ਸਿਆਸੀ ਤੌਰ ਦੇ ਉੱਤੇ, ਜਿਨ੍ਹਾਂ ਦੇ ਨਾਲ, ਜਿਨ੍ਹਾਂ ਦੇ ਵੋਟ ਨੂੰ ਮੁੱਖ ਰੱਖ ਕੇ ਇਹ ਸਾਰਾ ਪਵਾੜਾ ਬਾਦਲ ਦਲ ਨੇ ਖੜਾ ਕੀਤਾ ਸੀ। ਸੋ ਸਿੱਖ ਜਗਤ ਜਿੱਥੇ ਪੂਰੀ ਤਰ੍ਹਾਂ ਇਹਨਾਂ ਸਿਆਸੀ ਭਲਵਾਨਾਂ ਤੋਂ ਦੁਖੀ ਆ, ਸੰਤਾਪ ਭੋਗ ਰਿਹਾ ਤੇ ਹੁਣ ਕਹਿੰਦੇ ਆ ਜੀ ਅਸੀਂ ਪਤਾ ਕਰਨਾ ਅਸੀਂ ਕਿਉਂ ਹਾਰ ਗਏ ਆ, ਹਾਰਨ ਦੇ ਕਾਰਨਾਂ ਚੋਂ ਇਹੀ ਆ ਕਿ ਤੁਸੀਂ ਪੰਥ ਦੀ ਪਿੱਠ 'ਚ ਛੁਰਾ ਮਾਰਦੇ ਰਹੇ। ਸੋ ਅੱਜ ਜੇਕਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਹਾਜ਼ਰ ਹੋਏ ਨੇ ਉਹਨਾਂ ਦਾ ਧੰਨਵਾਦ ਤੇ ਜੀ ਆਇਆਂ ਕਹੀਏ,
ਤੇ ਜੇਕਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਬਾਕੀ ਮੈਂਬਰ ਜਿਹੜੇ ਆ ਉਹ ਬਾਦਲ ਦਲ ਨੂੰ, ਬਾਦਲ ਪਰਿਵਾਰ ਨੂੰ, ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਾਇਲ ਕਰਨ ਕਿ ਭਾਈ ਆਪਾਂ ਬਹੁਤ ਵੱਡਾ ਗਲਤ ਕੰਮ ਕੀਤਾ ਹੋਇਆ ਤੇ ਆਪਾਂ ਨੂੰ ਸੱਚੀ ਤੇ ਸਹੀ ਗੱਲ ਕਰਨੀ ਚਾਹੀਦੀ ਆ। ਨਾਨਕਸ਼ਾਹੀ ਕੈਲੰਡਰ ਜਿਹੜਾ ਹੈਗਾ ਕੌਮ ਦਾ, ਜਿਹੜਾ ਜਥੇਦਾਰ ਤੋੜਾ ਵੇਲੇ ਤੋਂ ਲੈ ਕੇ ਫਿਰ ਲਗਾਤਾਰ ਚੱਲਦਾ ਰਿਹਾ, ਉਹਨੂੰ ਜਥੇਦਾਰ ਪ੍ਰਕਾਸ਼ ਸਿੰਘ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਬਡੂੰਗਰ ਹੁਣਾਂ ਵੇਲੇ ਕੌਮ ਦੇ ਨਾਂ ਤੇ ਜਾਰੀ ਕੀਤਾ ਗਿਆ ਸੀਗਾ। ਉਸ ਕੈਲੰਡਰ ਨੂੰ ਹੀ ਕੌਮ ਦੇ ਵਿੱਚ ਆਪਾਂ ਲੈ ਕੇ ਚੱਲੀਏ। ਸੋ ਅਸੀਂ ਸਾਰੇ ਰਲ ਮਿਲ ਕੇ ਇਹ ਅਰਦਾਸ ਬੇਨਤੀ ਕਰਦੇ ਹਾਂ ਕਿ ਕੌਮ ਆਪਦੀ ਇਕਜੁੱਟਤਾ ਤੇ ਇਕਮੁੱਠਤਾ ਵਧਾਵੇ ਤੇ ਇਹਨਾਂ ਸਿਆਸੀ ਭਲਵਾਨਾਂ ਨੂੰ ਅਕਲ ਆਵੇ ਕਿ ਪੰਥ ਜਿਹੜਾ ਹੈ ਉਹ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਰਿਹਾ। ਜਿਹੜਾ ਗੁੱਸਾ ਤੇ ਰੋਹ ਅੱਜ ਇਹਨਾਂ ਨੂੰ ਹਾਸ਼ੀਏ ਤੇ ਧੱਕ ਕੇ ਲੈ ਕੇ ਗਿਆ ਉਹ ਇਹੀ ਸੀਗਾ ਕਿ ਜਦੋਂ ਤੁਸੀਂ ਪੰਥਕ ਪਰੰਪਰਾਵਾਂ ਨੂੰ, ਸਿੱਖ ਜਜ਼ਬਾਤਾਂ ਨੂੰ, ਸਿੱਖ ਹਿੱਤਾਂ ਨੂੰ, ਸਿੱਖ ਹੱਕਾਂ ਨੂੰ ਇਸ ਤਰੀਕੇ ਨਾਲ ਖੁੰਝੇ ਲਾਓਗੇ, ਠੇਸ ਪਹੁੰਚਾਓਗੇ, ਤਾਂ ਫਿਰ ਵੋਟਾਂ ਵੇਲੇ ਵੋਟਾਂ ਕਿੱਥੋਂ ਘਾਲਦੇ ਹੋ। ਸੋ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਜਿਹੜਾ ਨਾਨਕਸ਼ਾਹੀ ਕੈਲੰਡਰ ਵਾ ਉਹ ਸ਼ੁੱਧ ਰੂਪ ਦੇ ਵਿੱਚ ਲਾਗੂ ਹੋਣਾ ਅਤ ਜ਼ਰੂਰੀ ਆ। ਉਦੋਂ ਅੱਗੇ ਦੀ ਗੱਲ ਇਹ ਹੈ ਕਿ ਜਿਹੜਾ ਦਲ ਖਾਲਸਾ ਨੇ ਕੈਲੰਡਰ ਜਾਰੀ ਕੀਤਾ ਸੋ ਕੀਤਾ, ਪਰ ਜਿਹੜਾ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਖਾਸ ਤੌਰ ਤੇ 1978 ਤੋਂ ਲੈ ਕੇ ਅੱਜ ਤੱਕਰ ਜਿਹੜੀ ਲਗਾਤਾਰਤਾ ਚੱਲ ਰਹੀ ਆ, ਜਿਹਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਤੋਂ ਬਾਅਦ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਆਪੋ ਆਪਣੇ ਸਮੇਂ, ਆਪੋ ਆਪਣੇ ਢੰਗ ਤਰੀਕੇ ਨਾਲ ਸੇਵਾ ਕੀਤੀ ਆ, ਜਿਹੜਾ ਉਹ ਇਸ ਕੈਲੰਡਰ ਦੇ ਰਾਹੀਂ ਉਹ ਸਾਰੀ ਘਾਲ ਕਮਾਈ ਨੂੰ, ਉਸ ਇਤਿਹਾਸ ਨੂੰ ਲੈ ਕੇ ਆਉਂਦਾ, ਉਹਦੇ ਲਈ ਇਸ ਜਥੇਬੰਦੀ ਦਾ ਧੰਨਵਾਦ ਕਰਦੇ ਹੋਏ ਇੱਥੇ ਫਤਿਹ ਅਰਜ ਕਰਦੇ ਹਾਂ ਜੀ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਫੱਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ।